अस्सलाम वालेकुम दोस्तों, की हाल चाल जी? ठीक ठाक हो दोस्तों? इस टाइम सियालकोट उस्ताद अमर सुल्तान सरोया साहब उन्होंने छत पर मौजूद हाँ जी। उन्होंने नाल उन्होंने भाई ने जी उमैर सुल्तान सरोया साहब, तेन उन्होंने गुफ्तगू भी सुनाने जी। तो इंशाल्लाह तेन उन्होंने कुछ ब्रीडर कबूतर जोड़े है जी, उन्होंने कबूतर का भी तेन शौक करवाने जी। ਅਸਲਾਮੁਅਲੈਕੁਮ ਅਮਰ ਭਾਈ, ਕੀ ਹਾਲ ਜੀ? ਜੀ ਵਾਲਕੁਮ ਅਸਲਾਮ, ਅੱਲਾ ਦਾ ਕਰਮ ਬੜੇ ਦੁਆ ਜੀ, ਤੁਸੀਂ ਸੁਣਾਓ ਠੀਕ ਹੋ? ਸ਼ੁਕਰ ਅਲਹਮਦੁਲਿਲਾ ਜੀ, ਬਿਲਕੁਲ ਠੀਕ ਠਾਕ, ਦੁਆ ਤੁਹਾਡੀਆਂ ਸਰ। ਸੁਣਾਓ ਕੈਸੀ ਗੁਜ਼ਰੀ ਜਨਾਬ? ਬਸ ਆਏ ਆ ਜਨਾਬ, ਦੇ ਹੋ ਜਾਗੂ ਲੱਗੇ ਨੇ ਸ਼ੌਕ ਕੋ ਕਿ ਪਿਛੇ। ਅੱਛਾ ਜੀ, ਪਹਿਲੇ ਤੇ 10-8 ਦਿਨ ਬਾਰਿਸ਼ਾਂ ਬੁਸ਼ੀਆਂ ਕਾਫੀ ਰਹੀਆਂ ਤੇ ਹਨੇਰੀ ਤੂਫਾਨ। ਹਾਂ, ਮੌਸਮ ਤਾਂ ਕਾਫੀ ਮਤਲਬ ਪਾਕਿਸਤਾਨ 'ਚ ਗੜਬੜ ਹੋਇਆ ਸੀ ਜੀ। ਤੇ ਤਿਆਰੀ ਸ਼ਿਆਰੀ ਕਰ ਰਹੇ ਹੋ? ਕੁਟੂ ਕਰ ਰਹੇ ਆ ਜੀ, ਹੁਣ ਦਿਓ ਅੱਲਾ ਨੂੰ ਜ਼ੋਰ ਹੈ, ਅੱਲਾ ਕਾਇਰ ਕਰੇਗਾ। ਤੇ ਵੈਦਰ ਕੋਈ ਰਾਸ ਆਇਆ ਤੁਹਾਨੂੰ ਪਾਕਿਸਤਾਨ ਦਾ? ਉਹ ਐ ਹੁਣ ਮੈਨੂੰ ਕਾਫੀ ਅਰਸਾ ਹੋ ਗਿਆ, ਮਤਲਬ ਕਿ ਇੰਗਲੈਂਡ ਵਿੱਚ ਆਇਆ ਤੇ ਉੱਥੋਂ ਦਾ ਮੌਸਮ ਦਾ ਯੂਜ਼ ਟੂ ਹੋ ਗਿਆ। ਸਹੀ, ਹੁਣ ਆਇਆ ਵਾ ਸਲੋ ਸਲੀ ਹੋਈ ਜਾ, ਤਕਰੀਬਨ 15-20 ਦਿਨ ਲੱਗਦਾ। ਸਹੀ, ਅੱਛਾ ਹੈ ਮੌਸਮ, ਮਤਲਬ ਕਾਫੀ ਗਰਮੀ ਦੇ ਤਪਸ਼ ਹੈ, ਕਾਫੀ ਤਪਸ਼। ਹਾਂਜੀ, ਹੁਣ ਆ ਦੋ ਕੁ ਦਿਨ ਹੋ ਗਿਆ, ਗਰਮੀ ਕਾਫੀ ਹੈ, ਮੈਂ ਵੀ ਮਹਿਸੂਸ ਕਰ ਰਿਹਾ ਵਾਂ ਕਿ ਤਪਸ਼ ਹੈਗੀ ਹੈ ਜੀ। ਜੀ ਬਸ ਲੱਗੇ ਸ਼ੌਕ ਦੇ ਸੀ ਲੱਗੇ ਹੋਏ। ਹਾਂ, ਸ਼ੌਕ ਵਾਸਤੇ ਆਏ ਹੋ ਤਾਂ ਸ਼ੌਕ ਤਾਂ ਫਿਰ ਕਰੋ ਜੀ, ਫਿਰ ਜ਼ਾਹਿਰ ਹੈ ਅੱਲਾਹ ਪਾਕ ਤੁਹਾਨੂੰ ਕਾਮਯਾਬ ਕਰੇ ਜੀ ਸਾਡੀ ਦੁਆ ਜੀ। ਉਸਤਾਦ ਜੀ, ਆਪਣਾ ਕਿੰਨੀ ਦੇਰ ਹੋ ਗਈ ਜੇ ਸ਼ੌਕ ਕਰਦੇ ਆ? ਸ਼ੌਕ ਤਾਂ ਬਚਪਨ ਦੇ ਹੀ ਹੈ। ਕਿੰਨੀ ਏਜ ਸੀ? ਤਕਰੀਬਨ ਤੁਸੀਂ ਲਾ ਲਓ ਕਿ 10-11 ਸਾਲ ਦੇ ਹੋਵੋਗੇ ਉਦੋਂ। 10-11 ਸਾਲ ਦੇ? ਹਾਂ ਜੀ। ਅੱਛਾ, ਜਦੋਂ ਇਹ ਸ਼ੌਕ ਰੱਖਿਆ ਹੈ ਕਬੂਤਰ, ਜ਼ਬਰਦਸਤ ਚੱਲਦਾ ਵੀ ਆ। ਇਸ ਵਿੱਚੋਂ ਦੋ ਚਾਰ ਸਾਲ ਛੱਡਿਆ ਵੀ, ਉਹਦੀ ਰੀਜ਼ਨ ਇਹ ਸੀ ਕਿ ਜਗ੍ਹਾ ਨਹੀਂ ਸੀ। ਅੱਛਾ, ਤੇ ਮਗਰ ਫਿਰ ਘਰ ਆਪਣਾ ਇਹਦਾ ਬਣਾਇਆ ਅਤੇ ਜਿੰਨਾ ਫਿਰ ਉੱਥੇ ਜਿਸ ਤਰ੍ਹਾਂ ਲੈਂਟਰ ਭਰੇ ਸਨ, ਖੁੱਡੇ ਵੀ ਨਾਲ ਭਰੇ ਸਨ। ਸਹੀ, ਇੱਥੇ ਤਕਰੀਬਨ 20 ਸਾਲ ਹੋ ਗਏ ਸਾਨੂੰ। 20 ਸਾਲ ਹੋ ਗਏ ਜੀ? ਹਾਂ ਜੀ, ਤਕਰੀਬਨ। ਸਹੀ ਹੋ ਗਿਆ। ਸਤਾਜੀ, ਇੰਗਲੈਂਡ ਗਏ ਕਿੰਨੀ ਦੇਰ ਹੋ ਗਈ ਤੁਹਾਨੂੰ? ਮੈਨੂੰ ਇੰਗਲੈਂਡ ਗਏ 18 ਸਾਲ ਹੋ ਗਏ। 18 ਸਾਲ ਹੋ ਗਏ, ਚਲ ਬੜੀ ਦੇਰ ਦੇ ਹੋ ਮਤਲਬ ਇੰਗਲੈਂਡ ਵੀ ਤੁਸੀਂ। ਸਹੀ ਹੋ ਗਿਆ। ਸਤਾਜੀ, ਆਪਣਾ ਉਸਤਾਦ ਕੌਣ ਨੇ ਜੀ ਤੁਹਾਡੇ? ਕਿੱਦਾਂ ਕੋਲੋਂ ਉਸਤਾਦੀ ਪੱਗ ਲਈ? ਉਸਤਾਦੀ ਪੱਗ ਮੈਂ ਲਈ ਉਸਤਾਦ ਆਸ਼ਿਕ ਸਿੰਘ ਸਾਹਿਬ ਤੋਂ ਜੀ। ਸਹੀ ਹੈ, ਮਾਸ਼ਾਅੱਲਾ, ਸਹੀ ਹੈ, ਅੱਛੇ। ਹਾਂ, ਬਹੁਤ ਅੱਛੇ ਨੇ, ਬਿਲਕੁਲ ਬਿਲਕੁਲ, ਇੰਟਰਨੈਸ਼ਨਲ ਉਸਤਾਦ ਨੇ ਜੀ, ਬੜਾ ਨਾਮ ਸੁਣਾ, ਅੱਛਾ ਨਾਮ ਹੈ ਉਹਨਾਂ ਦਾ, ਦੁਨੀਆ ਜਾਣਦੀ ਹੈ ਉਹਨਾਂ ਨੂੰ। ਬਿਲਕੁਲ ਬਿਲਕੁਲ, ਇਸੇ ਤਰ੍ਹਾਂ ਹੀ ਹੈ। ਅਤੇ ਤੁਹਾਡੇ ਤੋਂ ਬਾਅਦ ਕਬੂਤਰ ਜਿਹੜੇ ਆ ਤੁਹਾਡੇ, ਜਿਹੜਾ ਤੁਹਾਡਾ ਸ਼ੌਕ ਹੈ, ਉਹਨੂੰ ਕੌਣ ਮਤਲਬ ਦੇਖਭਾਲ ਕਰਦਾ? ਬੇਸਿਕਲੀ ਸ਼ੌਕ ਮੇਰਾ ਸੀ। ਅੱਛਾ, ਜਦੋਂ ਮੈਂ ਪਾਕਿਸਤਾਨੋਂ ਗਿਆ ਵਾ। ਅੱਛਾ, ਕਿੱਥੇ ਮੰਗਵਾਉਣਾ ਸਾ ਕਬੂਤਰ, ਸ਼ੌਕ ਮੰਗਵਾਉਣਾ ਸਾ। ਅੱਛਾ, ਜਦੋਂ ਮੈਂ ਗਿਆ ਮੇਰੇ ਕੋਲ ਕਾਫੀ ਅੱਛੇ ਅੱਛੇ ਕਬੂਤਰ ਸਨ, ਤਕਰੀਬਨ ਹੋਣਾ ਕਿ 70-80 ਕਬੂਤਰ ਹੋ ਰਹੇ ਨੇ। ਮੈਨੂੰ ਉਡਾਉਣ ਦੇ ਸ਼ੌਕ ਸੀ। ਸਹੀ, ਅਤੇ ਮੈਂ ਛੋਟੇ ਭਾਈ ਨੂੰ ਕਿਹਾ ਕਿ ਯਾਰ ਇਹਨੂੰ ਦਾਣਾ ਸ਼ਾਣ ਤੁਸੀਂ ਪਾਉਣਾ ਅਤੇ ਇਹਨਾਂ ਦਾ ਲੁੱਕ ਆਫਟਰ ਕਰੀਏ। ਉਹ ਫਿਰ ਉਹ ਦਾਣਾ ਪਾਉਂਦੇ ਨੂੰ ਐਸਾ ਸ਼ੌਕ ਪਿਆ ਕਿ ਉਹਨੇ ਜਨਾਬ ਉਹ ਉਡਾਉਣ ਵਾਲੇ ਸਾਈਡ 'ਤੇ ਕਰ ਦਿੱਤੇ ਅਤੇ ਬਰੀਡਿੰਗ ਦਾ ਰੱਖ ਲਿਆ। ਅੱਛਾ, ਉਹ ਫਿਰ ਕਾਫੀ ਸਾਲ, ਮਤਲਬ ਤਕਰੀਬਨ 18-19 ਸਾਲ ਉਹਨੇ ਇਹੀ ਸ਼ੌਕ ਮਤਲਬ ਪਰਿਵਾਰ ਚੜਾਇਆ ਬਰੀਡਿੰਗ ਦੇ। ਬਰੀਡਿੰਗ ਜੀ, ਮੈਂ ਨਾ ਸਾ ਮੈਂ ਬਰੀਡਿੰਗ ਦੇ ਸ਼ੌਕ, ਮਤਲਬ ਜੇ ਪੱਠੀਆਂ ਹੋ ਕੱਢ ਕੇ ਸ਼ੌਕ ਪੂਰਾ ਕਰ ਦੇਣੇ ਸਾ, 15-20 ਉਗਾ ਲਏ, ਜਨਰਲੀ ਸ਼ੌਕ ਹੁੰਦਾ ਸੀ। ਸਰ, ਕਿਹੜੇ ਕਿਹੜੇ ਕਬੂਤਰ ਨੇ ਆਪਣੇ ਕੋਲ? ਆਪਣੇ ਕੋਲ ਮੋਸਟਲੀ ਜਿਹੜੇ ਅਸੀਂ ਬਰੀਡਿੰਗ 'ਚ ਰੱਖੇ ਮੋਸਟਲੀ ਸਰ ਸਿਆਲਕੋਟੀ ਪਰਿੰਦੇ ਨੇ। ਸਿਆਲਕੋਟੀ ਪਰਿੰਦੇ, ਔਰ ਕੋਸ਼ਿਸ਼ ਇਹੀ ਕਰੀ ਦੀ ਹੈ ਅਲਹਮਦੁਲਿਲਾ ਕਿ ਪਿਓਰ ਤੋਂ ਪਿਓਰ ਹੀ ਪਰਿੰਦੇ ਕੋਲ ਰੱਖੇ ਹੋਣ, ਕਿਉਂਕਿ ਬਰੀਡਿੰਗ ਦਾ ਸ਼ੌਕ, ਬਰੀਡਿੰਗ ਦਾ ਸ਼ੋਭਾ ਵੱਖਰਾ ਉਡਾਣ ਦੇ ਨਿਸਬਤ। ਹੁਣ ਪਿਛਲੇ ਤਕਰੀਬਨ 4-5 ਸਾਲ ਤੋਂ ਸ਼ੌਕ ਪੈ ਗਿਆ ਵੀ ਉਡਾਣ ਵਾਲਿਆਂ ਦਾ। ਉਹਦੇ 'ਚ ਅਸਾਂ ਟੈਡੀ ਵੀ ਲੈ ਕੇ ਆਏ ਹਾਂ, ਕਮੰਗਰ ਵੀ ਨੇ, ਫੈਸਲਾਬਾਦ ਦੇ ਸਾਡੇ ਬੜੇ ਅੱਛੇ ਅੱਛੇ ਮਤਲਬ ਕਿ ਭਰਾ ਨੇ, ਉਸਤਾਦ ਰਾਣ ਇਤਿਹਾਸ ਆ, ਅਸੀਂ ਸਰਾਬ ਉਹਨਾਂ ਨੇ ਸਾਨੂੰ ਗਿਫਟ ਦਿੱਤੇ, ਅਸੀਂ ਵੀ ਕਰਾਸ ਮਾਰੇ ਨੇ, ਉਡਾਉਂਦੇ ਹਾਂ, ਮਾਸ਼ਾਅੱਲਾ ਅੱਛਾ ਰਿਜ਼ਲਟ ਦਿੰਦੇ ਜੀ। ਉਡਾਉਣ ਵਾਸਤੇ ਤੁਹਾਨੂੰ ਕੋਈ ਵੀ ਪਰਿੰਦਾ ਹੋਵੇ, ਕੋਈ ਵੀ ਕਰਾਸ, ਮੈਂ ਕਦਰ ਦੀ ਗੱਲ ਤੁਹਾਡੀ, ਤੁਹਾਨੂੰ ਰਾਸ ਆਈ ਸਭ ਤੋਂ ਪਹਿਲੇ ਆ ਚਿਹਰਾ ਤੁਸੀਂ ਅਕਸਰ ਦੇਖਦੇ ਹੋਣੇ ਜੀ ਸਕਰੀਨ ਤੇ, ਠੀਕ ਹੈ ਜੀ? ਇਹ ਵਿਖਾਣ ਵਾਲਾ ਨੀ ਨਾ ਹੈਗਾ, ਇਹ ਛੁਪਿਆ ਰਹਿ ਨਹੀਂ ਨਾ ਸਕਦਾ। ਇਹ ਫੈਸਲਾਬਾਦ ਦੇ ਆਪਣਾ ਸਿਆਲਕੋਟ ਦੇ ਜੀ ਮੀਡੀਆ ਦੇ ਮਾਸ਼ਾਅੱਲਾ
बड़े ही उभरते हुए सितारे उमैर सुल्तान सरोया साहब सुल्तान साहब उन्होंने भाई ने छोटे तो अमर सुल्तान साहब उन्होंने तो बाद कबूतर जी परवरी कबूतर का शौक उमैर सुल्तान साहब उन्होंने सपुरद है जी। उमैर भाई की हाल चाल जी? उमैर भाई सब तो पहले दसो कि अज तो पहले कभी थोड़ा किसी को इंटरव्यू किया? मैं खुश नसीब समझा अपने आप बहुत शुक्रिया जी उमैर भाई तुम टाइम दिता सानू और साढ़े ना लाइव पार्टिसिपेट कर रहे हो जी। उमैर भाई किन्नी देर हो गई तुम शौक करदे नू? शौक करदे आ ते तकरीबन अमित भाई भाई दस्या जी 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 12 13 साल तो शौक सी जदों 12 13 साल दे सब शौक सी मगर छोटे सन ठीक है बड़े रखे उनां कट के दुकान ते छड़े फिर विच पीरियड आ गया कि जिदे च असी रोजगार च मसरूफ हो गए जी जी फिर उस तो बाद कुछ बेहतर होया सा यानी के कोई इंडिपेंडेंट हुए थोड़े सारे ते इंडिपेंडेंट होने तो बाद कह लो के 20 साल तकरीबन अच्छा कह लो हो गए सन 2 ते राउंड अबाउट फिर दोबारा शौक कीता शुरू सही हो गया दोबारा शौक शुरू कीता उस तो बाद फिर सी कंटिन्यू कर यानी के 2012 तो सही कंटिन्यू कीता 2000 तो अच्छा 2000 तो कंटिन्यू कीता फेवरेट केड़े कबूतर ने तुम्हारे ਮੈਜਾਰਟੀ ਚ ਸਿਆਲਕੋਟੀ ਤੇ ਉਹਨਾਂ ਤੋਂ ਬਾਅਦ ਫਿਰ ਕਮੱਗਰ ਸਿਰਫ ਉਸ ਤੋਂ ਬਾਅਦ ਕਮੱਗਰ ਸਿਰਫ ਸਿਆਲਕੋਟੀਆਂ ਚ ਕਿਹੜੇ ਕਬੂਤਰਾਂ ਜ਼ਿਆਦਾ ਲਾਈਕ ਕਰਦੇ ਕਿਉਂਕਿ ਸਿਆਲਕੋਟੀ ਬਹੁਤ ਜ਼ਿਆਦਾ ਨੇ ਸਿਆਲਕੋਟੀਆਂ ਦੇ ਵਿੱਚ ਟੋਟਲ ਸਭ ਦਾ ਸ਼ੌਕ ਕਰੀਦਾ ਕਿਉਂਕਿ ਸਭ ਇੱਕ ਤੋਂ ਇੱਕ ਵੱਧ ਨੇ ਸਭ ਇੱਕ ਤੋਂ ਛੱਤ ਵਾਲਿਆਂ ਦਾ ਵੀ ਚੂਹਿਆਂ ਦਾ ਵੀ ਕਿਉਂਕਿ ਛੱਤ ਵਾਲੇ ਬੇਸਿਕਲੀ ਉਹਨਾਂ ਚ ਵੀ ਚੂਹਿਆਂ ਦਾ ਟੱਚ ਹੈ ਠੀਕ ਹੈ ਜੀ ਅਲੀ ਵਾਲੇ ਵੀ ਬਟੇਰੇ ਵੀ ਬੈਂਕ ਵਾਲੇ ਵੀ ਫਿਰ ਜਿੰਨੇ ਵੀ ਇਨਕੇ ਸਿਆਲਕੋਟੀ ਨੇ ਲਾਤ ਦਾਦ ਨੇ ਟੁਨੀਆਂ ਦਾ ਵੀ ਸ਼ੌਕ ਕੀਤਾ ਜਿਹੜੇ ਲੋਕਾਂ ਦੇਖੇ ਕੰਮ ਨੇ ਟੁਨੀਆਂ ਦਾ ਵੀ ਕੀਤਾ ਹੈ ਵੈਸ਼ੀ ਦਾ ਵੀ ਕੀਤਾ ਹੈ ਸੁੰਦਰਿਆਂ ਦਾ ਵੀ ਕੀਤਾ ਹੈ ਸਹੀ ਸਹੀ ਕਿਉਂਕਿ ਅਸੀਂ ਸ਼ੁਰੂ ਤੋਂ ਬੈਠੇ ਸੀਨੀਅਰ ਉਸਤਾਦਾਂ ਦੇ ਕੋਲ ਆ ਕੋਈ ਇੱਕ ਫੇਵਰਟ ਬਰੀਡ ਹੁੰਦੀ ਅਗਰ ਹੈਗੀ ਤੁਹਾਡੀ ਤਾਂ ਦੱਸ ਦਿਓ ਅਗਰ ਨਹੀਂ ਆ ਤਾਂ ਕੋਈ ਨਹੀਂ ਮਸਲਾ ਬਾਦਸ਼ਾਹ ਨੇ ਦੱਸਦੇ ਛੜੇ ਨੇ ਜਿਹੜੇ ਪਾਰਸ ਕਬੂਤਰ ਜਿਹੜੇ ਸਾਡੇ ਨੇ ਤੁਹਾਡੇ ਜਿਹੜੇ ਪਾਰਸ ਕਬੂਤਰ ਨੇ ਉਹ ਅਲੀ ਵਾਲੇ ਕਬੂਤਰ ਨੇ ਅਲੀ ਮਾਸ਼ਕੀ ਵਾਲੇ ਜੀ 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 ਸਹੀ ਹੋ ਗਿਆ ਬਹੁਤ ਤਰੀਕੀ ਕਬੂਤਰ ਨੇ ਆ ਦੇ ਅਸੀਂ ਪਾਰਸ ਨਾਮ ਦਾ ਤਾਂ ਹੀ ਰੱਖਿਆ ਕਿ ਪਾਰਸ ਇੱਕ ਐਸਾ ਪੱਥਰ ਹੈ ਸੋਨਾ ਬਣਾ ਦੇ ਮਾਸ਼ਾਅੱਲਾ ਅਸੀਂ ਅਜੇ ਤੋਂ ਤਾਂ ਨਾਮ ਪਾਰਸ ਰੱਖਿਆ ਕਿ ਅਸੀਂ ਕਿਤੇ ਵੀ ਉਹਨਾਂ ਦਾ ਕ੍ਰਾਸ ਦੇਣੇ ਆ ਨਾ ਤੇ ਸਾਨੂੰ ਵਾਪਸੀ ਪ੍ਰਵਾਹ 100% ਹੋ ਜਾਏਗਾ ਵੈਰੀ ਗੁੱਡ ਵੈਰੀ ਗੁੱਡ ਚਲੋ ਅੱਲਾ ਪਾਕ ਤੇ ਨਸੀਬ ਕਾਲ ਪਾਰਸ ਸਾਹਿਬ ਨੇ ਵੀ ਅਗਲੇ ਦਿਨ ਸ਼ੋਅ ਕੀਤਾ ਸੀ ਉਸਤਾਦ ਨਦੀਮ ਸਾਹਿਬ ਤੇ ਵੀ ਉਹਨਾਂ ਦੇ अच्छा उस्ताद जी मैं गल होर पूछना चाहना तुम मतलब मीडिया के भी वो बंदे सियालकोट के बड़ा तेरा एक तुम बड़ी सपोर्ट की है शौक न मीडिया के इन हो गए तो कि अरसा हो गया तेन मीडिया चिन्ह हो अराउंड अबाउट 4 साल वह भी एक कह लो एक्सीडेंटली अच्छा एक्सीडेंटली होया सी के रोजर संधु इंडिया का बंदा सी तो वो थोड़ी सारी यानी कि उन्हें प्यार मुहब्बत काफ़ी सी साडा वो ਭਰਾਵਾਂ ਮੰਗਣਾ ਸੀ ਉਹਦੇ ਨਾਲ ਉਹਦਾ ਭਰਾ ਵਿਨੀ ਸੀ ਅਤੇ ਕੁਛ ਕਹਿ ਲਓ ਥੋੜ੍ਹਾ ਸਾਰਾ ਉਹਨੇ ਕੋਈ ਸਾਨੂੰ ਓਵਰਲੈਪ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਫਿਰ ਉਹ ਥੋੜ੍ਹਾ ਸਾਰਾ ਮੈਂ ਫੇਸਬੁੱਕ 'ਤੇ ਲਾਈਵ ਹੋਇਆ ਫੇਮਸ ਤੁਹਾਡਾ ਭਰਾ ਜਿਹੜਾ ਪਾਕਿਸਤਾਨ ਦਾ ਵਾਹਿਦ ਬੰਦਾ ਹੈ ਜਿਹਨੂੰ ਕਿ ਪਜ਼ੀਰਾ ਹੀ ਮਿਲੀ ਕਿ ਫਸਟ ਜਿਹੜਾ ਮੇਰਾ ਲਾਈਵ ਹੋਇਆ ਸੀ ਉਹਦੇ 'ਚ 1.5 ਘੰਟੇ ਦੇ ਵਿੱਚ 32,000 ਹਜੇ ਤੱਕ ਕਿਸੇ ਨੂੰ ਨਹੀਂ ਮਿਲ ਸਕਿਆ ਮਾਸ਼ਾਅੱਲਾ ਬਿਲਕੁਲ ਸਹੀ ਕਹਿ ਰਹੇ ਹੋ ਨਹੀਂ ਹੈ ਅਤੇ ਬਸ ਭਰਾਵਾਂ ਨੇ ਪਸੰਦ ਕੀਤਾ ਉਸ ਤੋਂ ਬਾਅਦ ਫਿਰ ਜਦੋਂ ਫੇਅਰ ਹੋ ਕੇ ਅਸੀਂ ਚੱਲੇ ਸ਼ੌਕ ਦੇ ਨਾਲ ਲੋਕਾਂ ਨੂੰ ਸ਼ੌਕ ਕਰਾਇਆ ਦਿਖਾਏ ਉਸਤਾਦਾਂ ਨਾਲ ਮੁਲਾਕਾਤ ਕਰਾਈ ਤਾਂ ਉਹਨਾਂ ਪਜ਼ੀਰਾ ਹੀ ਕਾਫੀ ਦਿੱਤੀ ਪਿਆਰ ਕੀਤਾ ਉਹਨਾਂ ਸਾਨੂੰ ਬਿਲਕੁਲ ਕੋਈ ਪ੍ਰੋਬਲਮ ਕ੍ਰੀਏਟ ਹੋਈ ਹੋਏ ਤੁਹਾਨੂੰ ਉਹ ਬਸ ਫਿਰ ਤੁਹਾਨੂੰ ਪਤਾ ਹੈ ਕਿ ਮੀਡੀਆ ਦੇ ਨਾਲ ਮੀਡੀਆ ਨੂੰ ਮੁਖਾਲਫਤ ਹੁੰਦੀ ਹੋਈ ਹੈ ਹਾਂ ਬਿਲਕੁਲ ਠੀਕ ਹੈ ਭਰਾ ਪ੍ਰੀਪੇਡ ਕਰਦੇ ਨੇ ਪੈਸੇ ਲੈ ਕੇ ਜੀ ਜੀ ਮੈਂ ਕਿਸੇ ਨੂੰ ਮੈਂਸ਼ਨ ਨਹੀਂ ਕਰਾਵਾਂ ਜੀ 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 ਮੈਂ ਫ੍ਰੀ ਆਫ ਫੰਡ ਕਰਨਾ ਸਾਂ ਸਹੀ ਤੇ ਪਰ ਤੁਹਾਨੂੰ ਪਤਾ ਕੋਸ਼ਿਸ਼ ਕਰਦੇ ਨੇ ਕਿ ਇਹ ਅੱਗੇ ਨਾ ਆਏ ਹਾਂਜੀ ਅਮਾ ਤਾਂ ਸਾਡੇ ਵੀ ਲੱਤ ਮਾਰ ਰਿਹਾ ਢਿੱਡ ਲੱਤ ਮਾਰਨਾ ਤੇ ਇੰਜ ਤੂੰ ਇੰਜ ਤੇ ਚਲੋ ਕੋਈ ਨਹੀਂ ਸਾਡੇ ਭਰਾ ਨੂੰ ਉਹਨਾਂ ਦੀ ਰੋਟੀ ਰੋਜ਼ੀ ਹੈ ਅਸੀਂ ਸ਼ੌਕ ਕਰਦੇ ਹਾਂ ਸਾਨੂੰ ਰੁਕੇ ਦੇ ਹਾਂ ਸਿਰਫ ਜਿਹੜਾ
लाइव वगैरह जिहड़ा है या कह लो असीं दोस्तां तुहाडा कोल नहीं भेजांदे कुछ मसरूफियत ने तुहानूं वी पता ही है तुहाडे नाल वी दो तीन दफा वादा करके मैं नहीं पहुंच सकिया फैसलाबाद बिल्कुल इस तरह राणा इम्तियाज साहब दे प्यार दे विच सही हो गया बस इंजी मसरूफियत ते बस थोड़ा सारा टाइम मिलदा ते जी दोबारा ज्वाइन करांगे फेसबुक नूं वी ते यूट्यूब नूं वी रन करने आ पे नाल अपने नूं सही हो गया इंशाल्लाह कोई दोस्तां नूं पैगाम देना चाहो दोस्तों का ही पैगाम है कि जी जिहड़े चिड़ी मार ने वह शौक नूं खराब ना करन बहुत अच्छे जिहड़े उस्ताद ने वह शागिर्दां नाल प्यार करन बिल्कुल सिंसियर होन मुखलस हो के अपने शागिर्दां दे नाल ते चलन बहुत अच्छा पार्टी होंदी है पार्टी जिहड़ी है पार्टी बाजी वास्ते नहीं होंदी अपनी पार्टी दे विच पार्टी पार्टी होंदी है बिल्कुल सही ठीक है सारे जिन्ने भी शागिर्द ने उन्होंने इक्वल रखना ठीक है माड़ा होंदा है चंगा होंदा है सब नाल इको जिहा ध्यान करन सलूक करन सीनियर नूं चाहिए शागिर्दां नाल प्यार करन ते शागिर्दां नूं चाहिए अपने जिहड़े सीनियर ने उस्ताद ने उन्हां दा इस तों इहतराम करन बहुत अच्छा है इही बस होर है शौक दे विच कोई नहीं ते जिहड़े मेरे भरा वेचदे ने कबूतर उन्हां अगे हत्थ बन के रिक्वेस्ट है कि जनाब जो दस दे ओह सच बोल के चीज़ दिया करो वैरी गुड ठीक है सोने नूं सोना दस के बेचो ते मिट्टी नूं सोना दस के ना बेचो बहुत अच्छा कल नूं तुहानूं भैड़ा ना कहे क्योंकि दुनिया बाजगश ते जो तुसीं बोलदे आ तुहानूं वापस रिटर्न आना है गूंज के आवाज़ तुहाडे तक पहुँच जाणी है ते बंदा घूम के फिर मत्थे आ लगदा है बिल्कुल ते इस वास्ते इस तरह का अपना रवैया रखो अपना व्यापार रखो इस तरह का कि तुहानूं सब अच्छे लफ्ज़ां नाल याद करन बिल्कुल सही कह रहे चीज़ ते विक जाणी है विक जाणी है रुकनी नहीं जे तारीफ करके झूठी वेचोगे तां वी जे सच्ची करके वेचोगे ते तां वी विक जाणी जी आलमदार भाई मेहरबानी सर जी काला भट्ट साहब उस्ताद मोहतरम तुसीं भी ग्रेट हो जी साढ़े कोल ही बैठे हो जी लो जी दोस्तों हम तुहानू मिलवाने हैं जी अपना सर तुहाडे कबूतरां दा भी शौक करना जी दोस्तों कराना जिहड़े तुहाडे पारस कबूतर ने या बटेरे कबूतर ने या जिहड़ी भी तुहाडियां कोई ब्रीडां है तुहाडे कोल चंद क पीस जिहड़े अगर दोस्तों नूं दिखाना चाहो तो भी दिखाओ जी सानू तो उन्नी देर तक असी काला भट्ट साहब साढ़े नाल ने जी नाल होर दोस्त ने उन्हां दे भी चलो इंट्रोडक्शन करवाने हाँ जी अस्सलाम वालेकुम जी जी बिस्मिल्लाह जी वालेकुम सलाम भट्ट साहब की हाल जी ठीक ठाक हो जी शुक्र अल्लाह पाक दा सब तो पहला नवीन साहब तुहाडा शुक्रिया अपना कीमती वक्त कट के फैसलाबाद तुम सियालकोट आए हो सारे तुहाडा प्यार है तुहाडी मुहब्बत है जी जिहड़ा सानू खिच लिया इत्थे जी तो भट्ट साहब अपना सुनाओ बस शुक्र जी अल्लाह पाक दा फर्स्ट क्लास जी ठीक जी मुदसर अली भाई बहुत शुक्रिया जी भट्ट साहब अपना किन्नी देर हो गई तुहानू कबूतरबाजी च ਜ਼ਿੰਦਗੀ ਦੇ ਤਕਰੀਬਨ ਬਚਪਨ ਤੋਂ ਬਚਪਨ ਤੋਂ ਹੀ 14 ਸਾਲ 45 ਸਾਲ ਕਹਿ ਲਓ ਅੱਛਾ ਯਾਨੀ ਕਿ 45 ਸਾਲ 40 45 ਸਾਲ ਬਚਪਨ ਦੇ ਬਿਲਕੁਲ ਪਹਿਲੇ ਮੇਰੇ ਵਾਲਾ ਸਾਹਿਬ ਰੱਖੇ ਹੁੰਦੇ ਸੀ ਕਬੂਤਰ ਪਹਿਲਾਂ ਅੱਛਾ ਪਹਿਲੇ ਵਾਲਾ ਸਾਹਿਬ ਉਹਨਾਂ ਰੱਖੇ ਹੁੰਦੇ ਸੀ ਹਾਂਜੀ ਸਹੀ ਹੋ ਗਿਆ ਬਟ ਸਾਹਿਬ ਤੋਂ ਆਪਣੇ ਕੋਲ ਕਿਹੜੇ ਕਿਹੜੇ ਕਬੂਤਰ ਜੇ ਬੇਸਿਕਲ ਮੇਰੇ ਕੋਲ ਜਿਹੜੇ ਪੀਸ ਹੈ ਮੇਰੀ ਸ਼ਾਪਰ ਸ਼ਾਪ ਹੈ ਸਿਆਲਕੋਟ ਦੇ ਤੇ ਹਰ ਤਰ੍ਹਾਂ ਦੇ ਪਰਿੰਦੇ ਆਉਂਦੇ ਨੇ ਔਰ ਅਲਹਮਦੁਲਿਲਾ ਡਿਲੀਵਰੀ ਪੂਰੀ ਪਾਕਿਸਤਾਨ 'ਚ ਜਾਂਦੀ ਹੈ ਸਹੀ ਹੋ ਗਿਆ ਬਸ ਜਿਸ ਨੂੰ ਵੀ ਕਿਸੇ ਨੂੰ ਇੱਕ ਦਫ਼ਾ ਵੀ ਪਤਾ ਲੱਗਦਾ ਪਾਕਿਸਤਾਨ ਕਾਹਦੇ ਭੱਟਦਾ ਭੱਟ ਸਾਹਿਬ ਕਿਤਨਾ ਪੈਸੇ ਭੇਜੀਏ ਮਾਲ ਬਾਅਦ 'ਚ ਭੇਜ ਦਿਓ ਸਹੀ ਮਾਤਮਾਤ ਬਣਾਇਆ ਮੈਂ ਬਤਾ ਨਹੀਂ ਸਕਦਾ ਕਾਫੀ ਜ਼ਿਆਦਾ ਲੋਕ ਐਡਵਾਂਸਿੰਗ ਟੂ ਐਡਵਾਂਸਿੰਗ ਭੇਜ ਦਿੰਦੇ ਨੇ ਭੱਟ ਸਾਹਿਬ ਸਾਡੀ ਐਪ ਰੀਡ ਭੇਜ ਦਿਓ ਅੱਜ ਕੱਲ੍ਹ ਭੱਟ ਆਨਲਾਈਨ ਨੇ ਆਪਣੀ ਜ਼ਿੰਦਗੀ 'ਚ ਜੋ ਸ਼ਾਪ 'ਤੇ ਜੋ ਦਿਖਾਇਆ जी काला भट्ट जी तुहानू दुनिया जानती है जी तुहाडा नाम है कुछ लोग ऐसे भी ने जिन्हां ने तुहाडा चेहरा नहीं देखिया लेकिन अज इंशाल्लाह तुहानू वी देखणगे कि ऐ काला भट्ट साहब ने जी तो भट्ट साहब कोई उस्तादी शागिर्दी भी है अपने को जी अलहमदुलिल्लाह प्यार है सारे नाल सारे नाल ही प्यार है इस्तेमाल भी करना बिल्कुल बिल्कुल हाँ जी जी भट्ट साहब अज कह सकदे तुसीं एक ओपन वाज मैं बातचीत करना वा एक उस्ताद अपने शागिर्द इस लिए पैंदा कि मैनू कुछ हासिल होए चाहे फैसलाबाद हो चाहे सियालकोट हो चाहे लाहौर हो उस्ताद जो देखो भरिया है पानी का नहीं पैसों का तुसी अपने उस्ताद नूं दई आओ उन्होंने बाजी लगी है कप लगा है यह चीज़ा दई आओ पाँच छः साल तुसी उहदी पैर चुमदे रहो उहदे गोडे धोंदे रहो तुहानूं मिलना कुछ नहीं सही मिल गया तो उन्हें कितों खाना है सही फितरन साढ़े से सेठ वकार राजपूत साहब ने जी तुहानूं सलाम कह रहे हैं जी जी वालेकुम सलाम राजपूत साहब वकार अली साहब ने जी मुदस्सर अली ने जी वो भी तुहानूं सलाम साहब जी थैंक यू जनाब लव यू जी अच्छा भट्ट साहब तुसीं 40 और 45 ईयर दे विच शौक कीता होए जी अलहमदुलिल्लाह बाजियां टूरनामेंट वेरी हाँ जी शुक्र अल्लाह पाक दा
सही हो गया। अच्छा। तो आड़े उस्ताद कौन ने है वे उस्तादी शिगिर्दी या मतलब कोई नहीं? मैंने जिंदगी में अगर सिर्फ जानना था तो उस्ताद प्रोफेसर वहीद साहब को जी जी जी। प्यार था, हकीकी प्यार यही था कि वो मुझे सियालकोट की सरजमीन से अरब अमारात में ले गए, कराची में ले गए थे, सिर्फ वो एक प्यार की हद तक था। सही। इसके आगे नहीं, इसके आगे इस्तेमाल ही होना है, इसके अलावा कुछ नहीं, कुछ भी नहीं है। हाँ जी, बहुत अच्छा आगे अंधेरा ही है। बहुत अच्छे भट्ट साहब, और मैं इंशाल्लाह आपसे फैसलाबाद आऊँगा बहुत जल्द इंशाल्लाह। वहाँ पे जी मोस्ट वेलकम, राना मुन्ना साहब ने जी जी काफ़ी दफ़ा मुलाकात करने का शरफ जी जी होगा इंशाल्लाह। उसके अलावा बहुत ज़्यादा उस्ताद हैं, अजीजमान साहब ने, आफ साहब ने, उनसे भी मुलाकात करना चाहूँगा जी इंशाल्लाह। इंशाल्लाह मोस्ट वेलकम भट्ट साहब, जो मर्जी आओ जी, तुहाडा अपना शहर। माशाल्लाह अच्छे उस्ताद हैं, काफ़ी प्यार मिला है, तावन करते हैं बिल्कुल। तो आपका भी मुदस्सर अली भाई सलाम कह रहे जी, अमर भाई जान। सलाम अलैकुम भाई जान जी। वालेकुम सलाम भाई जान, की नाम है अपना? जी कामरान जट, सियालकोट। कामरान जट साहब फ्रॉम सियालकोट, ग्रुप ओरिजिनल नस्लें और बेबहा। कामरान भाई सुनाओ कैसी गुजर रही जी? जी अल्लाह का बड़ा शुक्र है, तारे दुआओं ने भाई आंदिया। कामरान भाई शौक कैसा जा रहा है जी? बस फर्स्ट क्लास है वन। कामरान भाई है मतलब अचानक ही मुलाकात हुई थोड़ी साड़ी है ना? जी, फर्स्ट मुलाकात है, फर्स्ट मुलाकात है। ये भी अमर भाई उन्होंने बदौलत अज जी जी भट्ट साहब उन्होंने भी मुलाकात हो गई, थोड़े नाल भी हो गई जी जी जी। भट्ट साहब शौक की सुनाओ अपना। कामरान भाई कोई तैयारी शारी कर रहे, कोई टूर्नामेंट उड़ा रहे? खुद टूर्नामेंट या बाजियां नहीं उड़ाता, मैं सिर्फ फले कबूतर पड़वी के ज्यादा टाइम जो मैं सर्च करना पाया, मैं बीमारियों का पता करना पाया कि कबूतर तो सारी दुनिया खरीद लेती है, लेकिन जो को मसला बन जाए तो फिर बंदे समझ नहीं लगती कि मैं की करना। बिल्कुल, खुद मैं ये सर्च करना पाया कि अगर कबूतर तेरे वायरस के आ गए तो तुम किस तरह कंट्रोल करना है। वेरी गुड। अगर गर्मी के कबूतर तेरा पोट मलदा है, पोट फैलाता है, उन्होंने तुम किस तरह अलग, जो कबूतर पोट फैलाता है ना, उसकी फने कबूतर पढ़ने के सर्च बड़ी दूर तक जाती है, बहुत दूर तक जाती है, क्योंकि बिल्कुल ठीक हो गया है। चक्कर कबूतर गर्मी अंदर की पोर्ट बंद हो जाती है, बाहर पोर्ट च पानी देगा तो गर्दन मलेगा, खिचेगा, ना तो कोई मेडिसिन अंदर जानी है ना, उन्हें उड़ते असर करना, असर ही नहीं करनी, जो पोर्ट नहीं चलना। मैं बजाते खुद का ट्रीटमेंट किया, उस तो बाद अल्लाह का शुक्र है काफ़ी बेहतर है। माशाल्लाह बहुत अच्छी टिप दी कामरान भाई, तुम बहुत शुक्रिया थोड़ा। कामरान जट साहब माशाल्लाह बाकी काला भट्ट साहब ने साडे दरीना साथी ने जी जी साडे इलाके का फखर ने, बहुत ही अच्छा टूर्नामेंट उड़ाते ने जी जी, काफी अरसे उड़ाते ने पे। इस दफा तो दो मोटरसाइकिल देंगे इनाम के, एंट्री 5000 रुपया की जी ने। मोटरसाइकिल केड़ी है जी? जी CD7 दी जी, सीडी होंडा, बल्कि काफी नामात ने। उस अलावा भी अपना व्हाट्सएप सीडी ने के वो चैनल दी अंदर मोटरसाइकिल चैनल दी मोटरसाइकिल 40000 रुपया, 40000 रुपया जी मोटरसाइकिल तो उस बाद जी का इनामात ने। मैं समझना मोटरसाइकिल इथे 40000 दी है जी? नहीं सर जी, चैनल दी मोटरसाइकिल जी, चैनल दी मैं गल कर रहा 40000 दी हो गई है। काफी दोस्तों ने पार्टिसिपेट किया, तावन किया, भट्ट साहब का भी बड़ा तावन सी। इंशाल्लाह ताला सियालकोट का फखर ने काला भट्ट साहब, कबूतरबाज के लिहाज से भी, मेडिसन के लिहाज से भी, मीरपुर खास दूसरे शहर जिले तक कबूतर भेजते हैं। मैं समझना कि इस दौर इंटरनेशनल नाम है, एक बंदा बाहर बुला।
ਪਸੰਦ ਕਰਦਾ ਪਿਆ ਤੇ ਵਟਸਐਪ ਦੀ ਮੁਹੱਬਤ ਤੇ ਮੈਂ ਸਮਝਦਾ ਕਿ ਉਹਦਾ ਸ਼ੌਕ ਉਹਦੇ ਪ੍ਰਦੇਸ਼ 'ਚ ਬਹਿ ਕੇ ਉਹਦਾ ਸ਼ੌਕ ਕਰਾਉਣ ਦੇ ਨੇ ਔਰ ਜੋ ਚੀਜ਼ ਵਾਲੀਕਮ ਸਲਾਮ ਅਬਾਸ ਮੁਗਲ ਸਾਹਿਬ ਜੋ ਚੀਜ਼ ਉਹ ਭੇਜਦੇ ਨੇ ਉਹ ਓਰੀਜਨਲ ਹੁੰਦੀ ਹੈ ਉਸ ਤੋਂ ਇਲਾਵਾ ਵੀ ਵਟਸਐਪ ਆਪਣੇ ਇਲਾਕੇ ਦੇ ਦੋਸਤਾਂ ਨਾਲ ਵੀ ਬੜਾ ਧਾਵਣ ਕਰਦੇ ਨੇ ਅਤੇ ਮੈਂ ਸਿਆਲਕੋਟ ਦੇ ਸ਼ੌਕੀਨ ਆ ਕੇ ਵੀ ਰਿਕੁਐਸਟ ਕਰਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਧਾਵਣ ਕਰੋ ਕਾਲਾ ਵਟਸਐਪ ਨਾਲ ਅੱਛਾ ਸ਼ੌਕ ਕਰਵਾਉਂਦੇ ਨੇ ਬਟ ਸਾਹਿਬ ਬਹੁਤ ਅੱਛੇ ਇਨਸਾਨ ਨੇ ਜੇ ਕੋਈ ਸ਼ੱਕ ਨਹੀਂ ਹੈ ਔਰ ਲੋਕ ਇਹਨਾਂ ਨੂੰ ਲਾਈਕ ਵੀ ਕਰਦੇ ਆ ਸਿਰਫ ਇਹਨਾਂ ਦੀ ਸੱਚਾਈ ਦੀ ਵਜ੍ਹਾ ਤੋਂ ਦੇਖੋ ਕਾਲਾ ਬਟ ਸਾਹਿਬ ਇੱਕ ਖੁੱਲੀ ਕਿਤਾਬ ਨੇ ਹਾਂਜੀ ਠੀਕ ਹੈ ਫੰਨੇ ਕਬੂਤਰ ਪਰਵਰੀ ਦੇ ਵਿੱਚ ਵੀ ਤੇ ਸ਼ੌਕ ਦੇ ਵਿੱਚ ਵੀ ਇਹ ਛੋਟੇ ਵੱਡੇ ਹਰ ਕਿਸਮ ਦੇ ਜਿਹੜੇ ਕਿ ਦੋਸਤਾਂ ਸਾਥੀਆਂ ਦੇ ਨਾਲ ਇੱਕ ਜੈਸਾ ਟਾਈਮ ਸਪੈਂਡ ਕਰਦੇ ਨੇ ਹਰ ਬੰਦੇ ਦੀ ਇੱਜ਼ਤ ਕਰਦੇ ਦੁਕਾਨ 'ਤੇ ਗਿਆ ਵੀ ਅਤੇ ਬਹੁਤ ਅੱਛੇ ਬੰਦੇ ਨੇ ਜੀ ਇਸ ਗੱਲ 'ਚ ਕੋਈ ਸ਼ੱਕ ਨਹੀਂ ਲਓ ਜੀ ਦੋਸਤੋ ਇਹ ਸਾਡੇ ਨਾਲ ਇੱਕ ਹੋਰ ਦੋਸਤ ਮੌਜੂਦ ਨੇ ਜੀ ਉਸਤਾਦ ਨਦੀਮ ਮੁਲਤਾਨੀ ਸਾਹਿਬ ਨੇ ਜੀ ਅਸਲਾਮ ਅਲੈਕੁਮ ਨਦੀਮ ਬਾਈ ਕੀ ਹਾਲ ਜੀ ਸਲਾਮ ਠੀਕ ਠਾਕ ਨਦੀਮ ਬਾਈ ਕਿੰਨੀ ਦੇਰ ਹੋ ਗਈ ਸ਼ੌਕ ਕਰਦੇ ਹਾਂ 18 ਤੋਂ 19 ਸਾਲ ਹਾਂਜੀ ਸਹੀ ਹੋ ਗਿਆ ਨਦੀਮ ਬਾਈ ਇਹ ਮੁਲਤਾਨੀ ਤੁਹਾਨੂੰ ਕਹਿੰਦੇ ਤੁਸੀਂ ਪਿੱਛੋਂ ਮੁਲਤਾਨ ਦੇ ਹੋ ਹਾਂਜੀ ਬੇਸ ਸਾਡੇ ਤੇ ਬਣਦੇ ਆ ਅਸੀਂ ਮੁਲਤਾਨ ਦੇ ਨਾਲ ਸਾਡੇ ਸੀਲੇ ਤਹਿਸੀਲ ਮਿਲਸ ਸ਼ਹਿਰ ਅੱਛਾ ਤੇ ਸ਼ੌਕ ਮੁਲਤਾਨ ਕੀਤਾ ਕਿ ਇੱਥੇ ਸਿਆਲਕੋਟ ਆ ਕੀਤਾ ਨਹੀਂ ਜ਼ਿਆਦਾ ਇੱਥੇ ਕੀਤਾ ਉੱਥੇ ਤਾਂ ਮਤਲਬ ਘਰ ਮਤਲਬ ਭਾਈਆਂ ਨੇ ਰੱਖੋ ਉਹਨਾਂ ਨਾਲ ਕਰੀਦਾ ਲੇਕਿਨ ਇੱਥੇ ਆ ਕੇ ਆਪਣਾ ਸ਼ੌਕ ਜਿਹੜਾ ਹੈ ਨਾ ਇਕੱਲਿਆਂ ਹੀ ਕੀਤਾ ਸਹੀ ਹੋ ਗਿਆ ਆਪਣੀ ਸਰਪ੍ਰਸਤੀ ਮਤਲਬ ਆਪ ਖੁਦ ਮਤਲਬ ਤੇ ਉਸਤਾਦ ਜੀ 18-19 ਸਾਲਾਂ ਦੇ ਵਿੱਚ ਕਿੰਨੇ ਕੁ ਟੂਰਨਾਮੈਂਟ ਖੇਲੇ ਜੇ ਮਾਸ਼ਾਅੱਲਾ ਬਟ ਸਾਹਿਬ ਸਾਹਮਣੇ ਬੈਠੇ ਨੇ ਇਹਨਾਂ ਦਾ ਕੋਈ ਵੀ ਟੂਰਨਾਮੈਂਟ ਹੋਇਆ ਹੈ ਮਹੱਲੇ ਦਾ ਹੋਇਆ ਹੈ ਅਤੇ ਪਾਰਟੀਸਪੇਟ ਕੀਤਾ ਯਾਨੀ ਕਿ ਹਰ ਟੂਰਨਾਮੈਂਟ 'ਚ ਪਾਰਟੀਸਪੇਟ ਕੀਤਾ ਵਿੱਚ ਉਸਤਾਦ ਨਦੀਮ ਮੁਲਤਾਨੀ ਸਾਹਿਬ ਦੀ ਛੱਤ ਸ਼ਾਮਲ ਹੁੰਦੀ ਹੈ ਅਤੇ ਜਨਾਬ ਜ਼ਾਤੀ ਤੌਰ 'ਤੇ ਵੀ ਤਾਵਾਂ ਇਹਨਾਂ ਦਾ ਕਾਲਾ ਬਟ ਸਾਹਿਬ ਦੇ ਨਾਲ ਹੁੰਦਾ ਸਹੀ ਸਹੀ ਅਤੇ ਰਿਜ਼ਲਟ ਵੀ ਇਹਨਾਂ ਦੇ ਕਬੂਤਰਾਂ ਦਾ ਮਾਸ਼ਾਅੱਲਾ ਬਹੁਤ ਬਜ਼ਾਰ 'ਚ ਖੁਦ ਹਾਂ ਵੇਖਿਆ ਕਿ ਬਹੁਤ ਥੋੜ੍ਹੇ ਅਰਸੇ ਦੇ ਵਿੱਚ ਇਹਨਾਂ ਦੂਸਰੇ ਸ਼ਹਿਰ 'ਚ ਆ ਕੇ ਆਪਣਾ ਲੋਹਾ ਮੰਗਵਾਇਆ ਉਸਤਾਦ ਜੀ ਦੇ ਵਿੱਚ ਵੀ ਅਤੇ ਆਪਣੇ ਕਬੂਤਰ ਪੜਵੇ ਦੇ ਵਿੱਚ ਵੀ ਇਹਨਾਂ ਆ ਕੇ ਆਪਣੇ ਉਸ ਤੋਂ ਇਲਾਵਾ ਆਪਣੇ ਜਿਹੜੇ ਕੋਈ ਇਹਨਾਂ ਦੇ ਕੋਈ ਨਾਲ ਦੇ ਇਲਾਕੇ ਦੇ ਕੋਈ ਸ਼ਾਗਿਰਦ ਨੇ ਆਪਣੇ ਕਾਮਰਾਨ ਜੱਟ ਵੀ ਔਰ ਨਦੀਮ ਸਾਹਿਬ ਵੀ ਜੀ ਤੁਹਾਡੀ ਸਹੀ ਹੋ ਗਿਆ ਜੀ ਤੇ ਨਦੀਮ ਭਾਈ ਉਹਨਾਂ ਦੀ ਮਹਾਵਤੀ ਜਿਹੜੀ ਹੈ ਜੀ ਬਹੁਤ ਅੱਛੀ ਹੈ ਦਾਣਾ ਪਾਣੀ ਇਹਦੇ ਬਾਰੇ ਬਹੁਤ ਸੁਣਿਆ ਜੀ ਠੀਕ ਹੈ ਉਹਨਾਂ ਨੂੰ ਕਬੂਤਰਾਂ ਦੀ ਪਰਖ ਪਹਿਚਾਣ ਵੀ ਬੜੀ ਅੱਛੀ ਹੈ ਮਾਸ਼ਾਅੱਲਾ ਤੇ ਨਦੀਮ ਭਾਈ ਆਪਣਾ ਤੁਸੀਂ ਅੱਜ ਕੱਲ੍ਹ ਇੱਥੇ ਆ ਸ਼ੌਕ ਕਰ ਰਹੇ ਹੋ ਮੇਰਾ ਖਿਆਲ ਉਮੈਰ ਸੁਲਤਾਨ ਸਾਹਿਬ ਹੋਣੀ ਜਾਂ ਅਮਰ ਸੁਲਤਾਨ ਸਾਹਿਬ ਹੋਣਾਂ ਦੇ ਨਾਲ ਇਹ ਨਾ ਆਪਣੇ ਬੜੇ ਅੱਛੇ ਦੋਸਤ ਨੇ ਭਾਈ ਨੇ ਜੀ ਜੀ ਅਤੇ ਫਿਰ ਮੁਹੱਬਤ ਵੀ ਹੈ ਇਹਨਾਂ ਨਾਲ ਤਾਂ ਨਾਲੇ ਬਟ ਸਾਹਿਬ ਹੋਰਾਂ ਦਾ ਪਿਆਰ ਵੀ ਹੈ ਇਹਨਾਂ ਨਾਲ ਜੀ ਫਿਰ ਇਹਨਾਂ ਦੇ ਸਦਕੇ ਸਾਨੂੰ ਇੱਥੇ ਵੀ ਆਉਣਾ ਪੈਂਦਾ ਹਾਂ ਬਿਲਕੁਲ ਸਹੀ ਕਹਿ ਰਹੇ ਜੀ ਬਿਲਕੁਲ ਸਹੀ ਕਹਿ ਰਹੇ ਬਹੁਤ ਸ਼ੁਕਰੀਆ ਸਰ ਤੁਹਾਡਾ ਮਿਹਰਬਾਨੀ ਜੀ ਅੱਛਾ ਮੁਲਤਾਨੀ ਭਾਈ ਤੁਹਾਡੇ ਕੋਲ ਉਸਤਾਦੀ ਹੈ ਜਾਂ ਸ਼ਗਿਰਦ ਹੋ ਤੁਸੀਂ ਸਾਡੇ ਕੋਲ ਉਸਤਾਦੀ ਹੈ ਮੈਂ ਸਾਡੀ ਪਾਰਟੀ ਹੈ ਸਾਡੇ ਅਨਵਰ ਸ਼ਾਹ ਨਾਲ ਨਾ ਉਸਤਾਦ ਅਨਵਰ ਸ਼ਾਹ ਸਾਹਿਬ ਨੇ ਸਾਡੇ ਪਾਰਟੀ ਦੇ ਮਹਿਲ ਸੀ ਸ਼ਹਿਰ ਦੀ ਮਸ਼ਹੂਰ ਪਾਰਟੀ ਹੋਈ ਤੁਹਾਡੇ ਕੋਲ ਉਸਤਾਦੀ ਪੱਕੀ ਦੀ ਹੈ ਉਸਤਾਦ ਅਨਵਰ ਸ਼ਾਹ ਸਾਹਿਬ ਅਨਵਰ ਸ਼ਾਹ ਸਾਹਿਬ ਅਨਵਰ ਸ਼ਾਹ ਸਾਹਿਬ ਅਨਵਰ ਸ਼ਾਹ ਸਾਹਿਬ ਜੀ ਉਸਤਾਦ ਅਬਾਸ ਮੁਗਲ ਭਾਈ ਹੁਕਮ ਭਾਈ ਜਾਨ ਹਾਂਜੀ ਭਾਈ ਨਦੀਮ ਸਾਹਿਬ ਜੀ ਕੰਟੀਨਿਊ ਕਰਨਾ ਜੀ ਜੀ ਕੀ ਕਹਿ ਰਹੇ ਸੀ ਆਪਣੇ ਉਸਤਾਦ ਦੇ ਬਾਰੇ ਉਸਤਾਦ ਅਨਵਰ ਸ਼ਾਹ ਸਾਹਿਬ ਸਾਡੀ ਪਾਰਟੀ ਹੋਈ ਹੈ ਅਤੇ ਮੇਰੇ ਭਾਈ ਨਾ ਉੱਥੋਂ ਦੇ ਨਾ ਉਹਨਾਂ ਦੇ ਸ਼ਗਿਰਦ ਹਨ ਅਸੀਂ ਵੀ ਉਹਨਾਂ ਦੇ ਸ਼ਗਿਰਦੇ 'ਚ ਆਏ ਸਾਡੇ ਜਿਹੜੇ ਪਾਰਟੀ ਦੇ ਗਲੀਮਾਂ ਨੇ ਉਹ ਜ਼ੁਲਫਕਾਰ ਉਰਫ ਜ਼ੁਲਫੀ ਸਾਹਿਬ ਜ਼ੁਲਫਕਾਰ ਉਰਫ ਜ਼ੁਲਫੀ ਸਾਡੇ ਮਹਿਲ ਸੀ ਸ਼ਹਿਰ ਦੀ ਬੜੀ ਵੱਡੀ ਪਾਰਟੀ ਸੀ ਕੋਈ ਪਾਰਟੀ ਉਸ ਤੋਂ ਬਾਅਦ ਛੋਟੀਆਂ ਪਾਰਟੀਆਂ ਉੱਥੇ ਆਈਆਂ ਵੈਰੀ ਗੁੱਡ ਸਹੀ ਹੋ ਗਿਆ ਚਲੋ ਜੀ ਅੱਲਾ ਪਾਕ ਤੁਹਾਨੂੰ ਵੀ ਕਾਮਯਾਬ ਕਰੇ ਤੁਹਾਡੇ ਉਸਤਾਦਾਂ ਨੂੰ ਵੀ ਕਰਨ 'ਚ ਕਾਮਯਾਬ ਇਹ ਨਾਲ ਕਜ਼ਨ ਨੇ ਆਪਣੇ ਹਾਂਜੀ ਦੋਸਤ ਨੇ ਮੇਰੇ ਕਦਰ ਵੀ ਆਏ ਨੇ ਦੋਸਤ ਵੀ ਆਏ ਇਹਨਾਂ ਦਾ ਸ਼ੌਕ ਮੈਂ ਤੁਹਾਨੂੰ ਕੋਈ ਨਹੀਂ ਆ ਇਹਨਾਂ ਦਾ ਸ਼ੌਕ ਨਾਲ ਕੋਈ ਤਲਕ ਨਹੀਂ ਲੋ ਜੀ ਆਇਆ ਵੀ ਆਪਣੇ ਦੋਸਤ ਨੇ ਜੀ ਸਾਡੇ ਨਾਲ ਮੌਜੂਦ ਨੇ ਉਸ ਤੋਂ ਬਾਅਦ ਸਾਡੇ ਨਾਲ ਮੌਜੂਦ ਨੇ ਜੀ ਸਿਆਲਕੋਟ ਦੇ ਉੱਭਰਤੇ ਚਮਕਦੇ ਹੋਏ ਸਿਤਾਰੇ ਨਈ ਛੱਤ ਕਾ ਆਗਾਜ਼ ਕੀਆ ਇਸੀ ਸਾਲ ਆਪਣਾ ਉਸਤਾਦ ਯਾਸਰ ਯੂਨਸ ਸਾਹਿਬ ਜੀ ਯਾਸਰ ਭਾਈ ਕੀ ਹਾਲ ਜੀ ਠੀਕ ਠਾਕ ਹੋ ਭਾਈ ਜਾਨ ਸਰ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਇੱਥੇ ਅਮਰ ਸੁਲਤਾਨ ਸਾਹਿਬ ਬਖਸ਼ੀ ਇੱਥੇ ਆ ਕੇ ਸਰ ਸੁਣਾਓ ਸ਼ੌਕ ਕੈਸਾ ਜਾ ਰਿਹਾ ਜੀ ਮਾਸ਼ਾਅੱਲਾ ਜੀ ਅਤੇ ਆਪਣਾ ਯਾਸਰ ਭਾਈ ਕੋਈ ਤਿਆਰੀ ਸ਼ਿਆਰੀ ਕਰ ਰਿਹਾ ਕਿ ਟੂਰਨਾਮੈਂਟ ਦੀ ਇਸੋ ਜੀ ਮਾਸ਼ਾਅੱਲਾ ਕਦੋਂ ਉੱਡ ਰਿਹਾ ਜੀ ਟੂਰਨਾਮੈਂਟ ਤੁਹਾਡਾ 20 ਤਰੀਕ ਨੂੰ ਕਿੰਨੇ ਕਬੂਤਰਾਂ ਦਾ 7 ਕਬੂਤਰਾਂ ਦਾ ਅੱਛਾ ਇੱਕ ਟੂਰਨਾਮੈਂਟ ਇੱਥੇ ਉੱਡ ਰਿਹਾ ਸੀ ਆਪਣਾ 15 ਕਬੂਤਰਾਂ ਦਾ ਕੋਈ ਪਿਆਰਾ ਉੱਡ ਰਿਹਾ ਸੀ ਜੀ ਉਸਤਾਦ ਅਸਰ ਸ਼ਾਹ ਸਾਹਿਬ ਜਿਹੜੇ ਨਾ ਉਹ ਕਬੂਤਰ ਉੜਾ ਅੱਛਾ ਅੱਛਾ ਉਹ ਕਿਹੜੀ ਤਰੀਕ ਨੂੰ ਉੱਡਣਾ ਉਹ ਮੇਰੇ ਨਾ 15 ਨੂੰ ਹੈ ਵਾਲੇਕਮ ਸਲਾਮ ਸ਼ੇਖ ਉਮਰ ਸਾਹਿਬ 18 ਨੂੰ
18 15 18 15 18 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
ਮਹਿਮੂਦ ਬੱਟ ਭੋਜਪੁਰੀਆ ਮਹਿਮੂਦ ਬੱਟ ਭੋਜਪੁਰੀਆ ਭੋਜਪੁਰੀਆ ਜੀ ਮਾਸ਼ਾਅੱਲਾ ਸਹੀ ਹੋ ਗਿਆ ਤੇ ਯਾਸਰ ਭਾਈ ਕਿੰਨੀ ਦੇਰ ਹੋ ਗਈ ਸ਼ੌਕ ਕਰਦੇ ਆ ਮੈਂ ਜੀ ਬਚਪਨ ਦਾ ਹੀ ਸ਼ੌਕ ਕਰਨਾ ਪਾ ਪਹਿਲੇ ਮੇਰੇ ਵਾਲਦ ਸਾਹਿਬ ਸ਼ੌਕ ਕਰਦੇ ਸਨ ਉਹਨਾਂ ਦੇ ਕਬੂਤਰਾਂ ਤੋਂ ਅੱਗੇ ਮੈਂ ਚੱਲਦਾ ਆ ਰਿਹਾ ਸਹੀ ਹੋ ਗਿਆ ਮਾਸ਼ਾਅੱਲਾ ਚਲੋ ਜੀ ਸਾਡੀ ਦੁਆ ਅੱਲਾ ਪਾਕ ਤੁਹਾਨੂੰ ਕਾਮਯਾਬ ਕਰਨ ਜੀ ਬਹੁਤ ਸ਼ੁਕਰੀਆ ਜੀ ਇਹ ਫੈਸਲਾਬਾਦ ਤੋਂ ਸਾਡੇ ਨਾਲ ਆਏ ਸੀ ਜੀ ਉਸਤਾਦ ਉਸਤਾਦ ਜੀ ਕੀ ਹਾਲ ਜੀ ਅੱਲਾਹ ਦਾ ਸ਼ੁਕਰ ਸਾਰੇ ਦੋਸਤਾਂ ਨੂੰ ਸਾਰਦੀ ਲਜ਼ੀਜ਼ ਜੀ ਵਾਲੇਕੁਮ ਸਲਾਮ ਸਾਡਾ ਫੈਸਲਾਬਾਦ ਜੀ ਸਭ ਤੋਂ ਜ਼ਿਆਦਾ ਪਿਆਰ ਉਸਤਾਦ ਰਾਣਾ ਇਮਤਿਆਜ਼ ਸਾਹਿਬ ਨਾਲ ਅੱਛਾ ਜੀ ਸਾਡੇ ਵੱਡੇ ਵੀਰ ਨੇ ਜੀ ਜੀ ਇਹਨਾਂ ਦਾ ਸ਼ਾਗਿਰਦ ਵੀ ਸਾਡਾ ਬੜਾ ਪਿਆਰ ਵਾਲਾ ਹੈ ਉਹ ਕਿਹੜਾ ਸ਼ਾਗਿਰਦ ਤੂੰ ਇਹਨਾਂ ਦਾ ਅਸਲ ਦੇ ਵਿੱਚ ਸੁਲਤਾਨ ਬਾਈ ਅਮਰ ਬਾਈ ਤੇ ਸਾਰੇ ਦੋਸਤ ਬਹੁਤ ਅੱਛੇ ਨੇ ਕੱਲ ਦੇ ਆਏ ਅਸੀਂ ਬੜਾ ਅੱਛਾ ਸ਼ੋਕ ਦੇਖਣ ਨੂੰ ਮਿਲ ਰਿਹਾ ਤੇ ਇਹਨਾਂ ਦੀ ਮਹਿਮਾਨ ਨਵਾਜ਼ੀ ਇਹਨਾਂ ਦੀ ਚਾਹ ਸਿਆਲਕੋਟੀਏ ਦੋਸਤ ਵੀ ਭਰਾ ਉਹ ਸ਼ਕੀਨ ਬਹੁਤ ਅੱਛੇ ਬੰਦੇ ਨੇ ਬੜੇ ਕਦਰਦਾਰ ਨੇ ਦੂਸਰੇ ਸ਼ਹਿਰਦਾਰਾਂ ਦੇ ਤੇ ਮੈਂ ਪਹਿਲੇ ਵੀ ਇਹਨਾਂ ਦਾ ਫੈਨ ਸੀ ਹੁਣ ਵੀ ਇਹਨਾਂ ਦਾ ਫੈਨ ਆ ਮਾਸ਼ਾਅੱਲਾ ਇਹਨਾਂ ਦਾ ਸ਼ੋਕ ਕਰਨ ਲੱਗੇ ਆ ਦੇਖਣ ਲੱਗੇ ਤੇ ਸਾਰੇ ਦੋਸਤਾਂ ਨੂੰ ਸ਼ੋਕ ਦੇਖਣ ਨੂੰ ਅੱਛਾ ਮਿਲਿਆ ਜੀ ਇਨਸ਼ਾਅੱਲਾ ਸ਼ੋਕ ਕਰਾਉਣਾ ਜੀ ਸਾਰੇ ਦੋਸਤਾਂ ਨੂੰ ਇਹਨਾਂ ਦੇ ਬਟੇਰੇ ਕਬੂਤਰ ਪਾਰਸ ਤੇ ਬਾਕੀ ਵੀ ਸਾਰੇ ਦਿਖਾਉਣੇ ਆ ਜੀ ਆ ਮਾਸ਼ਾਅੱਲਾ ਇਹਨਾਂ ਦੇ ਪਰਿੰਦੇ ਆਏ ਨੇ ਸਾਡੇ ਕੋਲ ਉਹ ਸ਼ੋਕ ਕਰ ਰਹੇ ਹਨ ਸਾਰੇ ਦੋਸਤ ਸ਼ੋਕ ਕਰਾਉਂਦੇ ਨੇ ਅਮਰ ਭਾਈ ਦੇ ਲਓ ਜੀ ਦੋਸਤੋ ਕਬੂਤਰਾਂ ਦਾ ਸ਼ੋਕ ਕਰਾਉਣ ਦਾ ਟਾਈਮ ਆ ਗਿਆ ਜੀ ਉਸਤਾਦ ਅਮਰ ਸੁਲਤਾਨ ਸਾਹਿਬ ਹੁਣੀ ਤੇ ਉਮੈਰ ਸੁਲਤਾਨ ਸਾਹਿਬ ਹੁਣਾਂ ਦੇ ਪਰਿੰਦੇ ਨੇ ਕਿਹੜੇ ਪਰਿੰਦੇ ਨੇ ਜੀ ਆਪਣੇ ਇਹ ਜੀ ਹੈਲੋ ਬੇਸਕਰੀ ਤੇ ਅਲੀ ਮਾਸ਼ਕੀ ਵਾਲੇ ਕਬੂਤਰ ਨੇ ਅਲੀ ਮਾਸ਼ਕੀ ਵਾਲੇ ਕਬੂਤਰ ਨੇ ਮਗਰ ਉਸ ਦੌਰ ਦੇ ਚੇਨ ਘੋੜੇ ਕਬੂਤਰ ਗਿਆ ਸਹੀ ਹੋ ਗਿਆ ਔਰ ਅਸੀਂ ਇਹਨਾਂ ਦਾ ਨਾਮ ਪਾਰਸ ਰੱਖਿਆ ਹੈ ਤੁਸੀਂ ਇਹਨਾਂ ਦਾ ਨਾਮ ਪਾਰਸ ਰੱਖਿਆ ਲੇਕਿਨ ਅਲੀ ਮਾਸ਼ਕੀ ਵਾਲੇ ਕਬੂਤਰ ਨੇ ਪਾਰਸ ਦਾ ਨਾਮ ਐਸ 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 ਦਿੱਤਾ ਗਿਆ ਕਿ ਪਾਰਸ ਇੱਕ ਪੱਥਰ ਹੈ ਅਗਰ ਤੁਸੀਂ ਲੋਹੇ ਦੇ ਨਾਲ ਲਾ ਦੋ ਨਾ ਤਾਂ ਲੋਹੇ ਨੂੰ ਸੋਨਾ ਬਣਾ ਦਿੰਦਾ ਜੀ ਬਿਲਕੁਲ ਅੱਗੇ ਉਮਰ ਭਾਈ ਨੇ ਦੱਸਿਆ ਪਰਿੰਦੇ ਦੀ ਖੂਬੀ ਵੀ ਆਹੀ ਹੈ ਕਿ ਨੂੰ ਜਿਹੜੀ ਮਜਬੂਰੀ ਨਾਲ ਟੱਚ ਕਰ ਦਿਓ ਐਨਸਲ ਦਰ ਨਸਲ ਆਪਣਾ ਪਰ ਵਿੱਚ ਰੱਖਦਾ ਔਰ ਦੱਸਦਾ ਕਿ ਮੈਂ ਇਸ ਕਬੂਤਰ ਦੇ ਵਿੱਚ ਉੱਤਰ ਗਿਆ ਹਾਂ ਸਹੀ ਹੋ ਗਿਆ ਅਕਸਰ ਵੀਰ ਭਰਾ ਮਤਲਬ ਪੁੱਛਦੇ ਨੇ ਕਿ ਸਾਹ ਜੀ ਇਹ ਕਰਾਓ ਹਾਂ ਤੇ ਕਬੂਤਰ ਦਾ ਰੰਗ ਰੂਪ ਜ਼ਰਾ ਕੇ ਦੇਖ ਲਿਓ ਲਓ ਜੀ ਇਹ ਕਬੂਤਰ ਹੈ ਜੀ ਅਲੀ ਮਾਸ਼ਕੀ ਉਹਨਾਂ ਦੇ ਕਬੂਤਰ ਨੇ ਤੇ ਅਮਰ ਸੁਲਤਾਨ ਸਾਹਿਬ ਉਹਨਾਂ ਦਾ ਇਹਨਾਂ ਨੂੰ ਨਾਮ ਦਿੱਤਾ ਪਾਰਸ ਬਰੀਡ ਕਿੰਨੇ ਸਾਲ ਤੋਂ ਸੰਭਾਲੇ ਤਕਰੀਬਨ 20 ਸਾਲ ਤਕਰੀਬਨ 20 ਸਾਲ ਤੋਂ ਸੰਭਾਲੇ ਹੋਏ ਕਬੂਤਰ ਨੇ ਜੀ ਔਰ ਬੜੇ ਅੱਛੇ ਕਬੂਤਰ ਨੇ ਲਓ ਜੀ ਪਰ ਲਓ ਜੀ ਪਿਆਰੇ ਦੋਸਤੋ ਇਹ ਕਬੂਤਰ ਦਾ ਪੱਲਾ ਚੈੱਕ ਕਰੋ ਜੀ ਇਹ ਥੋੜ੍ਹਾ ਜਿਹਾ ਤੁਹਾਨੂੰ ਕਲੋਜ਼ ਕਰਕੇ ਦਿਖਾਉਂਦੇ ਹਾਂ ਉਸਤਾਦ ਜੀ ਦੀ ਅੱਖ ਦਿਖਾਓ ਜੀ ਅੱਖ ਜ਼ਿਆਦਾ ਨਜਾਬ ਉਸ ਪਰਿੰਦੇ ਦੀ ਮੈਂ ਉਹ ਦਿਖਾਉਂਦਾ ਕਿਉਂਕਿ ਇਹਨਾਂ ਦਾ ਸਭ ਨਾਲੋਂ ਵੱਡਾ ਪਰਿੰਦਾ ਹੈ ਲਓ ਜੀ ਇਹ ਵੀ ਉਹੀ ਹੈ ਪਾਰਸ ਹੀ ਹੈ ਪੜਿਆ ਤੁਸੀਂ ਮੈਂ ਸਾਡੇ ਕੋਲ ਕਿਹਾ ਠੀਕ ਹੈ ਦਿਖਾਓ ਪਰ ਦਿਖਾਓ ਇਹਦਾ ਪਹਿਲਾਂ ਅੱਖ ਦਾ ਸ਼ੋਅ ਕਰੋ ਦੋ ਪਿਆਰੇ ਦੋਸਤੋ ਅੱਖ ਦਾ ਸ਼ੋਅ ਕਰੋ ਜੀ ਪਾਰਸ ਕਬੂਤਰ ਨੇ ਜੀ ਦਿਖਾਓ ਪਰ ਅੱਛਾ ਸ਼ੋਅ ਜਨਾਬ ਤੁਹਾਨੂੰ ਭਰਵਾਉਂਦੇ ਨੇ ਮੋਜੇ ਦੇ ਨਾਲ ਬੜੇ ਮਿਹਰਬਾਨ ਪਿਆਰ ਵਾਲੇ ਬੰਦੇ ਸਨ ਤੇ ਸਮਝਦਾਰ ਬੰਦੇ ਸਨ ਸਹੀ ਹੋ ਗਿਆ ਲੋ ਜੀ ਆਹ ਕਬੂਤਰ ਦਾ ਪਰਕ ਹੁੰਦਾ ਚੈੱਕ ਕਰੋ ਜੀ ਸਰਦਾਰ ਖਾਨ ਸਾਹਿਬ ਦੇ ਅੱਖ ਕਬੂਤਰ ਚੱਲੇ ਸਨ
माशाल्लाह जी क्या बात है, बड़ी प्यारी आंखें कबूतर दी। जी मेहर भाई देखो ना रंग रूप फर्क और हड्डी हर चीज है। ਇਹ ਵੀ ਪਾਰਸ ਕਬੂਤਰ ਨੇ ਆਪਣੇ ਜੀ ਠੀਕ ਹੋ ਗਏ ਜੀ ਕਮਰਾ ਇੰਜਰ ਸਰਮਾ ਜੀ ਦੋਸਤਾਂ ਨੂੰ ਸ਼ੌਕ ਕਰਾਉਂਦੇ ਆ ਜਨਾਬ ਬੜਾ ਕ੍ਰੇਜ਼ ਸੀ ਜੀ ਦੋਸਤਾਂ ਨੂੰ ਕਹਿੰਦੇ ਸੀ ਕਿ ਪਾਰਸ ਕਬੂਤਰ ਦੇਖਣੇ ਆ ਜੀ ਅਮਰ ਸੁਲਤਾਨ ਸਾਹਿਬ ਉਹਨਾਂ ਦੇ ਹੁਮੈਰ ਸੁਲਤਾਨ ਸਾਹਿਬ ਉਹਨਾਂ ਦੇ ਲੋ ਜੀ ਆ ਦੇਖੋ ਜੀ ਪਾਰਸ ਮਾਸ਼ਾਅੱਲਾ ਇਹ ਮਾਸ਼ਾਅੱਲਾ ਮੈਂ ਸੁਲਤਾਨ ਸਾਹਿਬ ਨੇ ਲਕਵੇ ਚ ਨਿਕਲ ਕੇ ਪਿਛਲੇ ਵਿਸਾਖ ਚ ਲਗਵਾ ਹੋ ਗਿਆ ਸੀ ਯਾਨੀ ਕਿ ਕੱਪ ਸੀ ਇੱਥੇ ਇੱਕ ਲੋਕਲ ਹੀ ਸਾਡਾ ਉਹਦੇ ਚ ਨੇਰੇ ਚ ਉਤਰੇ ਸਨ ਮੁਨਸਫ ਨੱਸ ਗਿਆ ਸੀ ਮੇਰੀ ਗਲਤੀ ਸੀ ਮੈਂ ਮੁਨਸਫ ਉਠਾ ਛੜਿਆ ਸਹੀ 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 ਨੇਰੇ ਚ ਬਾਅਦ ਚ ਉਤਰੇ ਸਨ ਪੈਨ ਮਾਰ ਗਈ ਤਾਂ ਜੀ ਪਰਦਾ ਹੋ ਗਿਆ ਲੋ ਜੀ ਇਹ ਪਰਦਾ ਸ਼ੋਅ ਕਰੋ ਜੀ ਬੜਾ ਮਾਸ਼ਾਅੱਲਾ ਵੱਡਾ ਕੁੰਦਾ ਜੀ ਇਸ ਕਬੂਤਰ ਦਾ ਜੀ ਮੁਹੰਮਦ ਅਹਿਮਦ ਭਾਈ ਵਾਲੀਕੁਮ ਸਲਾਮ ਅੱਛਾ ਦੇਖੋ ਜੀ ਕਬੂਤਰ ਦਾ ਪਰ ਬਰੀਕ ਟਿਸ਼ੂ ਬਰੀਕ ਤੀਲੀ ਦੇ ਕਬੂਤਰ ਨੇ ਜਨਾਬ ਠੀਕ ਹੈ ਇਹ ਕਬੂਤਰ ਅੱਜ ਕੱਲ੍ਹ ਹੈਗੇ ਨੇ ਜ਼ਰਾ ਕਰੀਚ ਵੀ ਠੀਕ ਹੈ ਦੇਖੋ ਬਹੁਤ ਅੱਛੇ ਜੀ ਇਹ ਰੰਗ ਰੂਪ ਹੈ ਜੀ ਕਬੂਤਰ ਦਾ ਜੀ ਠੀਕ ਹੋ ਗਿਆ ਮੁਹੰਮਦ ਅਹਿਮਦ ਭਾਈ ਕਹਿ ਰਹੇ ਨੇ ਜੀ ਕੀ ਹਾਲ ਹੈ ਸੁਲਤਾਨ ਭਾਈ ਦਾ ਮਾਸ਼ਾਅੱਲਾ ਮੈਂ ਸੁਲਤਾਨ ਸਾਹਿਬ ਫੇਸ ਟੂ ਫੇਸ ਆਨਲਾਈਨ ਹੈ ਮਾਸ਼ਾਅੱਲਾ ਗੁੱਡ ਨਿਊਜ਼ ਜੀ ਹੈਪੀ ਟੂ ਹੈਪੀ ਮਾਸ਼ਾਅੱਲਾ ਸ਼ੌਕਿੰਗ ਕੇ ਲੀਏ ਮਾਸ਼ਾਅੱਲਾ ਜੀ ਜੀ ਵਾਲੀਕੁਮ ਸਲਾਮ ਰਾਣਾ ਜਮਾਲ ਨਾਸਰ ਸਾਹਿਬ ਸ਼ੌਕ ਕੀਤਾ ਰਿਹਾ ਨਹੀਂ ਵੇਖੇ ਤੇ ਪਹਿਲਾਂ ਨਾਲ ਮੈਂ ਦਾ ਉਹ ਫੇਰ ਤੱਕ ਦੇ ਅਸਲ ਕਬੂਤਰ ਹੈ ਨੇ ਮਟਾਲੇ ਕੱਖਾਂ ਦੇ ਦਰਦਾਂ ਤੇ ਇਹ ਕਬੂਤਰ ਨੇ ਜਿੰਨਾਂ ਦੇ ਵਿੱਚ ਟੈਡੀ ਕਬੂਤਰ ਉਹ ਸਾਜ ਜਿਹੜੇ ਰਾਤੀ ਕਬੂਤਰ ਦਿਖਾਏ ਸੀ ਉਹ ਵੀ ਦਿਖਾਓ ਠੀਕ ਹੈ ਅਸਲ ਟੈਡੀ ਕਬੂਤਰ ਉੱਤੇ ਛੱਡ ਆਇਓ ਕਿਸਾ ਵਾਲੇ ਮਿਸਤਰੀ ਜੀ ਸਾਹਿਬ ਨੇ ਬਣਾ ਕੇ ਦਿੱਤੇ ਸਨ ਨਾ ਵਾਹ ਉਹਨਾਂ ਕਬੂਤਰ ਦੇ ਵਿੱਚ ਵੀ ਇਹ ਪਾੜ ਆਏਗਾ ਹਮੇਸ਼ਾ ਬਿਲਕੁਲ ਬੇਸ਼ੱਕ ਬਿਲਕੁਲ ਵਾਹ ਟੈਡੀ ਕਬੂਤਰ ਦੀ ਬੇਸਿਕ ਬੁਨਿਆਦ ਇਹ ਪਾਰਸ ਕਬੂਤਰ ਸਨ ਸਿਆਲਕੋਟ ਦੇ ਮਟੈਲਕ ਅੱਖਾਂ ਸਨ ਅਗਰ ਕੋਈ ਵੀ ਟੈਡੀ ਚੋਇਸ ਸਾਹਿਬ ਦਾ ਜੈਨੂਅਲ ਹੋਏਗਾ ਤਾਂ ਜਨਾਬ ਉਹਦੀ ਅੱਖ ਦੇ ਵਿੱਚ ਦਰਾਰ ਜ਼ਰੂਰ ਆਣਗੇ ਮਟੈਲਕ ਕਲਰ ਦੇ ਮਾਸ਼ਾਅੱਲਾ ਜੀ ਇਹ ਪਿੰਡੇ ਦੇ ਛਾਪ ਇਹ ਦੋਵੇਂ ਕਬੂਤਰ ਦੀ ਵਾਹ ਇਹ ਪੰਜੇ ਕਬੂਤਰ ਦੇ ਬਿਸਮਿਲ੍ਲਾ ਮਾਸ਼ਾਅੱਲਾ ਜੀ ਭਾਈ ਮੈਂ ਅਮਰ ਸੁਲਤਾਨ ਸਾਹਿਬ ਮਹਿਰ ਸੁਲਤਾਨ ਸਾਹਿਬ ਦੋਵੇਂ ਭਾਈ ਬੜੀਆਂ ਮਿਹਨਤਾਂ ਕਰਦੇ ਨੇ ਵੀ ਬੜੀਆਂ ਮੈਂ ਸਮਝਦਾ ਕਿ ਫਨੇ ਕਬੂਤਰ ਪੜੀ ਦੇ ਵਿੱਚ ਸਾਡੇ ਸਿਆਲਕੋਟ ਵਾਸਤੇ ਬੜੇ ਆਜ਼ਾਦ ਦੀ ਗੱਲ ਹੈ ਕਿ ਇੱਕ ਭਾਈ ਪ੍ਰਦੇਸ਼ 'ਚ ਇੱਕ ਸਿਆਲਕੋਟ 'ਚ ਫਿਰ ਵੀ ਜ਼ਾਤੀ ਮਸਰੂਫੀਅਤ ਦੇ ਵਿੱਚੋਂ ਟਾਈਮ ਕੱਢ ਕੇ ਦੋਸਤਾਂ ਦੀ ਜਹਿਨਮਾਈ ਕਰ ਮੈਡੀਸਨ ਦੇ ਮੁਤਲਕ ਵੀ ਵੈਕਸੀਨ ਦੇ ਮੁਤਲਕ ਵੀ ਅਤੇ ਫਨੇ ਕਬੂਤਰ ਪਰਵਰਿਸ਼ ਦੇ ਮੁਤਲਕ ਵੀ ਜੈਸਾ ਕਿ ਉਹਨਾਂ ਦੱਸਿਆ ਕਿ ਸਾਡੇ ਭਾਈ ਖਾਵਰ ਨਾਨਾ ਸਾਹਿਬ ਕਰੇ ਉਹਨਾਂ ਨੂੰ ਕਿ ਉਹਨਾਂ ਦੇ ਦਿੱਤੇ ਹੋਏ ਕਬੂਤਰ ਬਣਾਏ ਨੇ ਸਾਂ ਅਤੇ ਉਹਨਾਂ ਕਬੂਤਰਾਂ ਦਾ ਫਲ ਸਾਡੇ ਕੋਲ ਸੰਭਾਲਿਆ ਹੁੰਦਾ ਪਿਆ ਅਤੇ ਮੈਂ ਬਜ਼ਾਤੇ ਖੁਦ ਇਹਨਾਂ ਕਬੂਤਰਾਂ ਦੇ ਮੁਤਲਕ ਜੀ ਰਾਣਾ ਜਮਾਲ ਨਾਸਰ ਭਾਈ ਦਿਖਾਉਂਦੇ ਆ ਜੀ ਕਬੂਤਰ ਲੈਣ ਗਏ ਆ ਭਾਈ ਉਹ ਕੱਢ ਕੇ ਲਿਆਉਂਦੇ ਤੇ ਤੁਹਾਨੂੰ ਦਿਖਾਉਂਦੇ ਹਾਂ ਜੀ ਬਟੇਰੇ ਵੀ ਦਿਖਾਵਾਂਗੇ ਪੈਂਤੀਆਂ ਵਾਲੇ ਵੀ ਦਿਖਾਵਾਂਗੇ ਹੋਰ ਵੀ ਤੁਹਾਨੂੰ ਕਬੂਤਰ ਦਿਖਾਵਾਂਗੇ ਜੀਰਾ ਸ਼ੌਕਰਾਨ ਲਈ ਬੈਠੇ ਹਾਂ ਭਾਈ ਜਾਨ ਇਨਸ਼ਾਅੱਲਾ ਸ਼ੌਕਰਾਵਾਂਗੇ ਜੀ ਤੁਹਾਨੂੰ ਕਬੂਤਰਾਂ ਦਾ ਔਰ ਬੜੇ ਅੱਛੇ ਬਹੁਤ ਅੱਛੇ ਮਾਸ਼ਾਅੱਲਾ
ਬਟੇਰੇ ਕਬੂਤਰ, ਪਾਰਸ ਹੋ ਗਏ, ਅਲੀ ਵਾਲੇ ਹੋ ਗਏ, ਬਟੇਰੇ ਹੋ ਗਏ ਵਾਲੇ ਚੂਹੇ ਕਬੂਤਰ ਔਰ ਮੋਤੀਆਂ ਵਾਲੇ ਬੜੇ ਚ। ਹਾਂਜੀ ਹਾਂਜੀ ਜੀ ਸਰ, ਰਾਸ਼ਿਦ ਮਲਿਕ ਸਰ। ਅਸਲਾਮੁਅਲੈਕੁਮ, ਕਾਲਾ ਬਾਟ ਆਨਲਾਈਨ ਸ਼ਹਿਰ ਸਿਆਲਕੋਟ ਸੇ। ਮਾਸ਼ਾਅੱਲਾ ਉਮੈਰ ਸੁਲਤਾਨ ਸਾਹਿਬ ਕੀ ਬੇਹਤਰੀਨ ਬਰੀਡੀ, ਜਿਸ ਕੋ ਲੋਕ ਅਲੀ ਵਾਲੇ ਕਹਤੇ ਹੈ। ਮਾਸ਼ਾਅੱਲਾ ਮੈਂ ਬਣਾਉਣ ਡਿਆ ਕਬੂਤਰ ਦਿਖਾਓ ਜੀ, ਕਿਹੜਾ ਕਬੂਤਰ ਹੈ ਜੀ? ਜੀ ਉਸੇ ਅਲੀ ਵਾਲੇ ਕਬੂਤਰ ਦੀ ਬਲੱਡ ਲਾਈਨ ਚ ਮੈਂ, ਕਿਉਂਕਿ ਕਬੂਤਰ ਜਦੋਂ ਦੂਸਰੇ ਤੀਸਰੇ ਧਾਕੇ ਚ ਜਾਏਗਾ ਨਾ ਤੇ ਜੀ। ਅੱਖ ਇਧਰੋਂ ਦਿਖਾਓ ਦੂਜੀ ਤਰ੍ਹਾਂ। ਇਹਦੀ ਬੇਸਿਕ ਬੁਨਿਆਦ ਪਿੱਛੇ ਇਹਨਾਂ ਕਬੂਤਰਾਂ ਦੀ, ਪਾਰਸ ਕਬੂਤਰ ਨੇ ਅਲੀ ਵਾਲੇ, ਅਗਰ ਕਮਰੇ 'ਚ ਰੋਸ਼ਨੀ ਘੱਟ ਉਹਦੀ ਵਜ੍ਹਾ ਤੋਂ ਤਾਂ ਕਲੀਅਰ ਨਹੀਂ ਆਉਂਦੀ। ਹਾਂਜੀ ਹਾਂਜੀ, ਕਮਰੇ 'ਚ ਸ਼ੌਕ ਹੋ ਰਿਹਾ ਤਾਂ ਫਿਰ ਕੋਈ ਨਹੀਂ, ਫਿਰ ਵੀ ਠੀਕ ਹੈ। ਦਿਖਾਓ ਇਹਦਾ ਪਰ, ਦਿਖਾਓ ਜੀ ਕਬੂਤਰ ਦਾ ਜੀ। ਵਾਲੀਕਮ ਸਲਾਮ ਰਾਸ਼ਦ ਮਲਿਕ ਸਾਹਿਬ, ਆਹ ਤੁਹਾਡੇ ਯਾਰ ਅਹਿਮਦ ਸੁਲਤਾਨ ਕੋਲ ਪਹੁੰਚੇ ਹਾਂ ਜੀ। ਇਹ ਕਬੂਤਰ ਦਾ ਪਰ ਹੈ ਜੀ, ਇਹ ਤੁਹਾਨੂੰ ਕਲੋਜ਼ ਕਰਕੇ ਦਿਖਾਇਆ ਜੀ। ਖੋਲ੍ਹ ਕੇ ਰੱਖੋ ਜੀ ਪਰ, ਤੁਸੀਂ ਲਓ ਜੀ, ਇਹ ਇੱਥੇ ਤੁਹਾਨੂੰ ਪੂਰਾ ਪਰ ਨਜ਼ਰ ਆਏਗਾ ਜੀ। ਲਓ ਜੀ ਯਾਰ ਕਬੂਤਰ, ਕੀ ਬਾਤ ਜੀ, ਲਾਜਵਾਬ ਹੁੰਦਾ ਜੀ, ਪੁੰਨੇ ਵਾਲੇ ਜੁੜਦਾ ਹੈ, ਲਾਜਵਾਬ ਬਹੁਤ ਹਲਾ। ਇਹਦਾ ਭਰਾ ਉੱਤੇ ਵੀ ਕੀ ਬਣਾਉਂਦਾ ਹੈ ਤਲਾ ਉਤੋਂ ਨੇ ਉੱਤੇ ਨੇ ਦਿੱਤੇ ਜਾਂ ਤੁਹਾਨੂੰ ਪਤਾ ਚੱਲ ਨਹੀਂ ਪਤਾ, ਬਟ ਇਹ ਬਗਲ ਦੇ ਮਾਲਕ ਨੇ ਦੇ ਹੈ ਦਬਾ ਜੇ ਨਾ ਗਿਆ ਨੂੰ ਜੀ ਪੰਜ ਇਕੱਠੇ ਨਾ ਫਾਰ ਲੈ ਲਓ। ਹਾਂ ਇਹ ਨਾ ਇਹ ਕਿ ਜਾਂਦੇ ਰਹੋ ਮਾਸ਼ਾਅੱਲਾ, ਇਹ ਰੰਗ ਰੂਪ ਹੈ ਜੀ ਕਬੂਤਰ ਦਾ। ਜੀ ਠੀਕ ਹੋ ਗਿਆ ਮਾਸ਼ਾਅੱਲਾ। ਜੀ ਦੋਸਤੋ, ਉਸਤਾਦ ਅਹਿਮਦ ਸੁਲਤਾਨ ਸਾਹਿਬ ਹੁਣੀ ਪਰਿੰਦੇ ਲੈਣ ਗਏ ਆ ਜੀ, ਕਮਰੇ 'ਚ ਹੀ ਬੈਠੇ ਹਾਂ ਅਤੇ ਇੱਥੇ ਸ਼ੌਕ ਕਰਵਾਉਣਗੇ ਇਨਸ਼ਾਅੱਲਾ। ਜਾਂਦੇ ਆ ਕਬੂਤਰ ਦਿਖਾਉਂਦੇ ਆ ਜੀ, ਤੁਹਾਨੂੰ ਸ਼ੌਕ ਕਰਾਉਂਦੇ ਆ ਜੀ। ਜੀ ਭੱਟ ਸਾਹਿਬ, ਕਬੂਤਰ ਜੀ ਅਲਹਮਦੁਲਿਲਾਹ ਇਸ ਟਾਈਮ ਹਮਾਰੀ ਮਾਸ਼ਾਅੱਲਾ ਤਿਆਰੀ ਹੈ, ਕਾਲਾਬਾਗ ਚੈਂਪੀਅਨ ਟੂਰਨਾਮੈਂਟ ਸ਼ਹਿਰ ਸਿਆਲਕੋਟ ਸੇ ਆਨਲਾਈਨ ਹੋ ਚੁੱਕਾ ਹੈ, ਜੋ 25 ਸਤੰਬਰ ਔਰ 27 ਸਤੰਬਰ ਸੇ ਸ਼ੁਰੂ ਹੋਗਾ, ਦੋ ਦਿਨ ਕੇ ਘੰਟੇ, ਔਰ 29 ਸਤੰਬਰ ਕੋ ਫਾਈਨਲ ਛੱਤੇ ਆਨਲਾਈਨ ਕਰੇਂਗੇ 20 ਛੱਤੇ ਮਾਸ਼ਾਅੱਲਾ। ਔਰ ਪਹਿਲੇ ਦੋ ਇਨਾਮਾਤ ਮੋਟਰਸਾਈਕਲ ਹੈ, ਔਰ ਥੈਰੇ ਨੀਚੇ ਉਨਕੇ ਢੇਰ ਸਾਰੇ ਇਨਾਮਾਤ ਹੈਂ। ਲਾਈਵ ਪ੍ਰੋਗਰਾਮ ਪੇ ਹੋਗਾ, ਬਿਹਤਰੀਨ ਮੈਸੇਜ, ਹਰ ਬੰਦਾ ਲਮ੍ਹਾ ਬੇ ਲਮ੍ਹਾ ਉਸਕੀ ਰਿਪੋਰਟਿੰਗ ਮਿਲੇਗੀ। ਇਹ ਸ਼ਹਿਰ ਸਿਆਲਕੋਟ ਕਾ ਟੂਰਨਾਮੈਂਟ ਨਹੀਂ ਹੋਗਾ, ਇਸਕੀ ਜੋ ਇਨਫਾਰਮੇਸ਼ਨ ਹੈ, ਜੋ ਡੇਟਾ ਹੈ, ਜੋ ਇਸਕੇ ਮਤਲਬ ਬਾਤ, ਪਾਕਿਸਤਾਨ ਕਾ ਬਿਹਤਰੀਨ ਟੂਰਨਾਮੈਂਟ ਹੋਗਾ, ਵੋ ਕਾਲੇ ਬਾਟ ਕਾ ਚੈਂਪੀਅਨ ਨਹੀਂ ਹੋਗਾ, ਵੋ ਪਾਕਿਸਤਾਨ ਕਾ ਚੈਂਪੀਅਨ ਹੋਗਾ, ਬਿਹਤਰੀਨ ਅੰਦਾਜ਼ ਜਜ਼ਬਾ ਜਨੂਨ ਕੇ ਸਾਥ ਮਾਸ਼ਾਅੱਲਾ। ਇਸ ਟਾਈਮ ਅਸੀਂ ਆਪਣੇ ਕਾਮਰਾਨ ਜੱਟ ਸਾਹਿਬ, ਉਸਤਾਦ ਨੀ ਮੁਲਤਾਨੀ ਸਾਹਿਬ, ਮੈਂ ਸੁਲਤਾਨ ਕੇ ਸਾਥ ਇੱਕ ਇਤਿਹਾਦ ਕੀ ਸ਼ਕਲ ਮੈਂ ਜਜ਼ਬਾਤ ਔਰ ਜਨੂਨ ਸੇ ਬਹਿ ਗਏ, ਦੁਨੀਆ ਕੋ ਯੇ ਨਹੀਂ ਪਤਾ ਕਿ ਵੋ ਬੜਾ ਹੋ ਬੜਾ, ਯੇ ਹੈ ਖੇਲ, ਜੀਤੇਗੇ ਪਾਕਿਸਤਾਨ ਇਨਸ਼ਾਅੱਲਾ, ਜ਼ਿੰਦਾਬਾਦ ਮੈਂ ਸੁਲਤਾਨ ਅਬਦਾਨ ਔਰ ਕਾਮਰਾਨ ਜੱਟ ਸਾਹਿਬ, ਜ਼ਿੰਦਾਬਾਦ ਜੀ ਮਾਸ਼ਾਅੱਲਾ, ਜ਼ਿੰਦਾਬਾਦ ਜੀ, ਜ਼ਿੰਦਾਬਾਦ, ਵੈਰੀ ਗੁੱਡ ਜੀ, ਪਾਕਿਸਤਾਨ ਮਾਸ਼ਾਅੱਲਾ ਜੀ। ਮਹਿਰ ਭਾਈ, ਇਹ ਕਿਹੜਾ ਪਰਿੰਦਾ ਲਿਆਂਦਾ ਜੀ? ਸਭ ਪਾਰਸ ਲਿਆਂਦੇ। ਇਹ ਵੀ ਅੱਛਾ, ਪਾਰਸ ਲੈ ਕੇ ਆ ਰਹੇ ਹੋ ਜੀ? ਜੀ ਮੁਹੰਮਦ ਅਹਿਮਦ ਭਾਈ, ਬਹੁਤ ਸ਼ੁਕਰੀਆ ਜੀ, ਉਹ ਆਪਣੀ ਤਾਰੀਖ ਦਹਰਾਉਂਦਾ ਜਾਏਗਾ, ਇਹਦੀ ਵਾਪਸੀ ਇੰਤਹਾਈ ਜ਼ਿਆਦਾ ਹੈ ਜੀ ਜੀ ਜੀ, ਬਲਕਿ ਜਿੰਨੀ ਜ਼ਿਆਦਾ ਗਰਮੀ ਪਏਗੀ ਉਨਾ ਜ਼ਿਆਦਾ ਸਰੋਏ ਦੇ ਵਿੱਚ ਵੜ ਕੇ ਉੱਡਣ ਦੇ, ਔਰ ਵਾਪਸੀ ਅੰਧੇਰੇ ਵਿੱਚ ਵੀ ਘਰ ਬੈਠਣ ਦੇ, ਲੋਕ ਅੱਜ ਕੱਲ੍ਹ ਲਾਈਟਾਂ ਬਾਲ ਦੇਣ, ਸੌ ਸੌ ਇਹਨੂੰ ਲਾਈਟ ਬਾਲਣ ਦੀ ਵੀ ਜ਼ਰੂਰਤ ਕੋਈ ਨਹੀਂ, ਐਸੀ ਬਰੀਡ ਹੈ ਵਾਪਸੀ ਇੰਤਹਾਈ ਜ਼ਿਆਦਾ। ਸਹੀ ਹੋ ਗਿਆ। ਲਓ ਜੀ ਦੋਸਤੋ, ਇਹ ਕਬੂਤਰ ਦਾ ਟਿਸ਼ੂ ਔਰ ਤੀਲੀ ਤੁਸੀਂ ਦੇਖਣੀ ਹੈ ਜੀ, ਬਗਲ ਤੋਂ ਲੱਗ ਕੇ।
बहुत ही प्यारा मसल यूके इंग्लैंड से शहर सियालकोट बहुत अच्छे ऑनलाइन हमारे साथ माशाल्लाह अपना शौक कराओ जी लो जी दोस्तों अख देखो जी परिंदे दी जी माशाल्लाह दोस्तों बैतुलदान साहब ने इन प्यार कर बहुत अच्छे जी माशाल्लाह इसका मैना तर्जमी पंजाबी दे ते कहने आ वापसी बटेरी क्रॉस की इनकी जो आंखें हैं क्रीच पे है जी कबूतर लेकिन तुसी यह देख सकते हो कबूतर दा तीली टिशू ही टिशू दे मालक ने कबूतर जनाब ऐ तैनू पूरा पला जी सारे दी अख दिखाओ ऐ दुम जनाब ठीक है जी दुम सब दी आंदे वैसे मैं तुहानू दिखाई सब सब दी इस तरह सही है एक पर जिहनू कहिंदे आ सही हो गया लो जी अख का शौक करो जी जी दोस्तों इसकी ये आंखें हैं इसकी आंखों में पलखें हैं पलखों के अंदर जरे हैं बहुत अच्छे जी जरात हैं फिर इनका काला आना है कभी रंग रूप बड़ा होता है तितली के लिए जाओ आंख दे विच काला के लिए काली पुतली सही है कभी छोटा कभी बड़ा ये बेहतरीन निशानियों में बेहतरीन पेयर में और हमेशा बास से टकराने वाला उससे बचने वाला उसको कहते हैं अली वाला जब अली वाला नाम इतना बड़ा है काम उससे कहीं ज्यादा बड़े हैं माशाल्लाह पाकिस्तान नहीं बल्कि दुनिया भर में जो सबसे ज्यादा नाम रखा जाता है वो यही नाम रखा जाता है अभी पारस ते क्रास है नाल हूं तो अपना मैसेज दे रहा हूं मैं और वीडियो में क्या तांगा जी दोस्तों अली जेले कबूतर में शौक करने पे काला बार साहब ने काला बार चैंपियन टूर में से बात कर रहा है जी गल करो मैं सुल्तान साहब से जेले फिर करेंगे अंदर आए हाय हाय लो जी पर्दा शौक करो जी मजा आ गया माशाल्लाह तस्कीन हो गई आज दोपहर की भूख उठ गई है लाजवाब परकुंदा जी माशाल्लाह बहुत खूब जी माशाल्लाह अख दिखाओ जी आला क्वालिटी दा पूरा जरफ दा मालिक है एक और टिप देंदे जावांगे कि जैसे देखो ना बगलां कैसी कमर नु कवर कर दियां पिया माशाल्लाह जी माशाल्लाह एक कबूतर ने समान दिए बरदिए चूड़े नाल कोई शक नहीं जा माशाल्लाह चलो मैं उन्हें दस दे और तुम हूं ले जाना वो मैं फटा बड़ा जाना बहुत अच्छे जी कबूतर फड़े अच्छे जी ए भी शौक करते हैं जी दोस्तों शौक करो 21 नंबर जोड़ा पारस सुल्तान पहले तो मैं तुहानू इन्हें पर का शौक करावांगा एदी पूरी बगल देखना परियां देखना और एदी सिलाई और एदा जाली जिन्हों असीं टिशू वगैरह कहने हैं लो जी ए पूरा पला पहले देखो जी असल दे विच परिंदे क्रीज पे ने ते जेदी वजह नाल ए अपना पूरा पर नहीं नजर आ रहा तुहानू सारे दोस्तां नू ते वाइब्रेशन बड़ी पर दे विच थरथराहट परियां काफी चोड़ियां बहुत अच्छे उस्ताद जी और माशाल्लाह दुम दे उत्ते परियां हल्की जी गंढ है छोटी जी और लगोट पर जिनी दुम दे पर जिनी क्या बात है और ब्लड लाइन देखो और अख देखो ये दी सुल्तान भाई दे अमर भाई दे पारस बेमिसाल कबूतर है मजा आया सियालकोट कबूतर देख के जी शहजादा कसाई भाई शुक्रिया जी मलक से मुर्तजा बटू साहब बहुत शुक्रिया जी ऐसा है दूसरा पल्ला भी देखो गुरु गुरु अखिया मारे मुंडा बटवा दिया ना मेरे को तो जटारा मुंडा बैठा काम रह जाए लो जी आ कबूतर दा पर देखो जी
ਇਹ ਕਿਹੜਾ ਕਬੂਤਰ ਹੈ ਜੀ ਹੁਣ ਜਿਹੜਾ ਸ਼ੋਅ ਕਰਾਉਣ ਲੱਗੇ ਹੋ? ਇਹ ਜਿਹੜਾ ਪਹਿਲੇ ਵੀ ਸੁਲਤਾਨ ਭਾਈ ਨੇ ਸ਼ੋਅ ਕਰਾਇਆ ਸੀ ਪਾਰਾ ਸੀ, ਹਾਂ ਤੇ ਬਹੁਤ ਅੱਛਾ ਪਾਰਟੀ ਦਾ ਸੀ। ਆ ਬਗਲ ਦੇਖੋ ਪਾਰ ਲੋ ਜੀ ਇਸ ਤਰ੍ਹਾਂ ਆਹ ਪਰੀਆਂ ਦੇਖੋ ਡੋਮ ਦੇ ਉੱਪਰ ਪਰੀਆਂ ਪੁੱਜਾਂ ਬੜੀਆਂ ਜੀ ਔਰ ਆ ਲਗੋਟ ਕਾਫੀ ਬੜਾ ਲਗੋਟ ਲਾਲਪੁਰ ਕਹਿੰਦੇ ਹੁੰਦੇ ਸੀ ਬੜੇ ਮਾਸ਼ਾਅੱਲਾ ਜੀ ਜੀ ਮਹਿਰ ਭਾਈ ਟ੍ਰਿਪਲ ਟੂ ਦਾ ਪੱਠਾ ਟ੍ਰਿਪਲ ਟੂ ਕਿਆ ਬਾਤ ਹੈ ਜੀ ਟ੍ਰਿਪਲ ਟੂ ਬੇਸਿਕਲੀ ਇਹ ਵੀ ਉਹੀ ਨੇ ਇਹ ਵੀ ਪਾਰਸੀ ਨੇ ਮਾਸ਼ਾਅੱਲਾ ਲੇਕਿਨ ਨਾਂ ਬੜਾ ਰੱਖਿਆ ਜੀ ਟ੍ਰਿਪਲ ਟੂ ਜੀ ਅਮਰ ਅਮਰ ਸੁਲਤਾਨ ਸਾਹਿਬ ਇਸਕਾ ਕਿਆ ਆਪਨੇ ਨਾਮ ਰੱਖਾ ਹੈ ਟ੍ਰਿਪਲ ਟੂ ਟ੍ਰਿਪਲ ਟੂ ਇਸਕਾ ਬਾਬ ਮੈਨੇ ਅਭੀ ਆਪਕੋ ਪਹਿਲੇ ਦਿਖਾ ਦੀ ਆਪਕੋ ਪਤਾ ਨਹੀਂ ਚਲਾ ਤੋ ਦੇਖੋ ਸਰ ਬਗਲਾਂ ਚੈੱਕ ਕਰਨੀ ਹੈ ਔਰ ਤੀਲੀ ਟਿਸ਼ੂ ਲਾਜ਼ਮੀ ਦੇਖੋ ਜੀ ਕਬੂਤਰਾਂ ਦੇ ਪੈਰਾਂ ਦਾ ਪੂਰਾ ਖੋਲਿਆ ਦਾ ਤੇ ਬਗਲ ਕਿੱਥੇ ਗਈ ਦੀ ਹੈ? ਹਾਂਜੀ 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 ਬਿਲਕੁਲ ਇਹ ਦੇਖੋ ਇਹ ਦੇਖੋ ਬਹੁਤ ਵੱਡਾ ਕੁੰਦਾ ਜੀ ਮਾਸ਼ਾਅੱਲਾ ਕਬੂਤਰਾਂ ਦਾ ਉਸਤਾਦ ਜੀ ਦਿਖਾਓ ਇਹਦੀ ਅੱਖ ਅੱਖ ਦਿਖਾਓ ਜੀ ਇਹਦੀ। ਰਾਣਾ ਜਮਾਲ ਸਾਹਿਬ ਰੂਮ ਦੇ ਵਿੱਚ ਬੈਠੇ ਹਾਂ ਜੀ ਕਮਰੇ 'ਚ ਸ਼ੋਅ ਕਰਵਾ ਰਹੇ ਹਾਂ ਬਾਹਰ ਗਰਮੀ ਬੜੀ ਧੁੱਪ ਬੜੀ ਹੈ। ਹਾਂ ਇਹ ਦੁਮ ਦੇਖੋ ਜੀ ਕਬੂਤਰ ਨੂੰ ਜੀ ਮਾਰ ਭਾਈ ਇਹ ਪਰਿੰਦਿਆਂ ਦੇ ਬਾਰੇ ਕੋਈ ਦੱਸੋ ਸਾਨੂੰ ਇਹਨਾਂ ਦਾ ਕੋਈ ਰਿਜ਼ਲਟ ਤੁਹਾਡੇ ਕੋਲ ਜੀ ਵੀਰ ਭਾਈ ਮੈਂ ਉੜਾ ਹੀ ਆਪਣੇ ਤਕਰੀਬਨ ਜਿਹੜਾ ਵੀ ਪਰਿੰਦਾ ਨਾ ਉਹਨਾਂ 'ਚ ਮੈਂ ਇਹਨਾਂ ਦਾ ਇੱਕ ਰਾਸ ਲਗਾਇਆ ਇਹਨਾਂ ਦਾ ਇੱਕ ਰਾਸ ਨਹੀਂ ਬਗੈਰ ਨੂੰ ਤਸੱਲੀ ਨਹੀਂ ਹੈ ਬਸ ਆਪਣਾ ਇਹਨਾਂ ਦੇ ਬਾਰੇ 'ਚ ਉਸਤਾਦ ਨਦੀਮ ਮੁਲਤਾਨੀ ਸਾਹਿਬ ਵੀ ਤੁਹਾਨੂੰ ਦੱਸਣਗੇ। ਤਾਂ ਜੀ ਕਹਿ ਰਹੇ ਨੇ ਇਹਨਾਂ ਦੇ ਪੁੱਤਰਾਂ ਦੇ ਦਰਦ ਦੇ ਬਾਰੇ 'ਚ ਮੈਂ ਕਿਹਾ ਮੈਨੂੰ ਤਾਂ ਤਸੱਲੀ ਨਹੀਂ ਕਿ ਇਹਨਾਂ ਨੇ ਕਰਾਸ ਦਿੱਤੇ ਹੋ ਬਗੈਰ ਮੈਂ ਕੋਈ ਕਬੂਤਰ ਛੱਡੇ ਨੇ ਨਾ ਉਸ ਦਿਨ ਨਾ ਇਹਨਾਂ ਦੇ ਇਹ ਕਬੂਤਰ ਬੜੀ ਗਰਮੀ ਸੀ ਤੇ ਬੜੇ ਤਰੇ ਚਾਰ ਕਬੂਤਰ ਆਏ ਹਨ ਲੇਕਿਨ ਇਹ ਜਿਹੜੇ ਕਬੂਤਰ ਹਨ ਉਦਨ ਵੀ ਬਹਿ ਗਏ। ਅੱਛਾ ਅੱਛਾ ਤੇ ਹੁਣ ਨਾ ਇਹਨਾਂ ਨੇ ਤਰੇ ਚਾਰ ਦਿਨ ਉਹਨੇ ਫਿਰ ਹਾਂ ਕਬੂਤਰਬਾਜ਼ੀ ਸ਼ੁਰੂ ਕੀਤੀ ਇੱਥੇ ਇਹਨਾਂ ਨੂੰ ਫਿਰਤਾ ਫੁਰਤਾ ਮਾਰੀਆਂ ਨੇ ਅਤੇ ਉਹ ਜਿਹੜਾ ਉੱਧਰ ਬੈਠਾ ਸੀ ਨਾ ਤਰੇ ਚਾਰ ਵਜੇ ਪੱਠਾ ਅਤੇ ਉਹ ਨਾ ਹੁਣ ਫਿਰਤਾ ਦੇ ਵਿੱਚ ਨਾ ਸਿੱਧਾ ਨਹੀਂ ਪਿਆ ਹੁੰਦਾ ਸੀ ਕੱਲ੍ਹ ਨਾ ਉਹਨੂੰ ਅਮਰ ਬਾਈ ਨੇ ਨਾ ਮਤਲਬ ਚਾਰ ਦਫਾ ਝੰਡੀ ਕਰਾਈ ਹੈ ਪੰਦਰਾਂ ਪੰਦਰਾਂ ਨਾ ਵੀਹ ਵੀਹ ਮਿੰਟ ਨਾ ਪਰਸੋਂ ਜਿਹੜੀ ਝੰਡੀ ਕਰਾਈ ਹੈ ਅਤੇ ਮੈਂ ਨਾ ਨਾ ਪਿਆ ਯਾਰ ਅਮਰ ਕਦਰੇ ਸਿੱਧਾ ਹੋ ਜਾਵੇ ਨਾ ਤਾਂ ਸਾਨੂੰ ਮੇਰਾ ਮਤਲਬ ਬੜਾ ਲੰਮਾ ਕਬੂਤਰ ਹੈ ਇਹ ਗੱਲ ਮੈਂ ਕਰਕੇ ਅਤੇ ਨਾ ਅਸੀਂ ਇਹਨਾਂ ਨੂੰ ਸ਼ਾਮ ਨੂੰ ਦਾਣਾ ਪਾ ਕੇ ਅਤੇ ਅਸੀਂ ਚਲੇ ਗਏ ਇਹ ਜਦੋਂ ਹੁਣ ਕੱਲ੍ਹ ਜਦੋਂ ਕਬੂਤਰ ਛੱਡੇ ਨੇ ਨਾ ਅਸਾਂ ਵਾਰੀ ਸੀ ਕੱਲ੍ਹ ਕੱਲ੍ਹ ਫਿਰ ਤੁਸੀਂ ਕਬੂਤਰਾਂ ਦੇ ਕੱਲ੍ਹ ਹਾਂ ਜਦੋਂ ਕਬੂਤਰ ਛੱਡੇ ਨੇ ਨਾ ਅਤੇ ਮੈਂ ਇੱਥੇ ਇਹਨੂੰ ਕੱਲ੍ਹ ਉਹ ਜਿਹੜੀ ਇਹਨਾਂ ਨੇ ਮਤਲਬ ਛੋਟੀ ਛੋਟੀ ਫਿਰਤ ਦਿੱਤੀ ਨਾ ਚਾਰ ਫਿਰਤਾਂ ਦੇ ਵਿੱਚ ਝੰਡੇ ਦੇ ਵਿੱਚ ਕਿੰਨਾ ਘੋੜ ਗਿਆ ਹੁੰਦਾ ਲੇਕਿਨ ਇਹ ਜਿਹੜਾ ਨਾ ਕੱਲ੍ਹ ਵੀ ਇਹਨੇ 36 ਦੀ ਗਰਮੀ ਸੀ ਕੱਲ੍ਹ ਇੱਥੇ ਸਹੀ ਅਤੇ ਕੱਲ੍ਹ ਮੇਰਾ 4 ਵਜੇ ਤੋਂ ਬਾਅਦ ਲੱਥਾ ਜੀ ਅਤੇ ਇਹਨੂੰ ਮਹਿਸੂਸ ਇੰਝ ਹੁੰਦਾ ਸੀ ਕਿ ਮਤਲਬ ਇਹ ਹੁਣੇ ਉੱਡਿਆ ਹੁਣੇ ਹੀ ਉੱਡਿਆ ਅਤੇ ਇਹਨਾਂ ਦਾ ਇੰਨਾ ਅੱਛਾ ਰਿਜ਼ਲਟ ਮਾਸ਼ਾਅੱਲਾ ਮਤਲਬ ਕਿ
ਤੁਸੀਂ ਰਿਜ਼ਲਟ ਨਾਲ ਬਿਲਕੁਲ ਓਕੇ ਹੋ। ਮੈਂ ਜਨਾਬ ਇਸ ਇਹਨਾਂ ਕਬੂਤਰਾਂ ਦਾ ਮੈਂ ਫੈਨ ਹਾਂ। ਵੈਰੀ ਗੁੱਡ। ਮੈਂ ਇਸ ਵਾਸਤੇ ਫੈਨ ਹਾਂ ਕਿ ਇਹਨਾਂ ਦੀ ਪਕਾਈ ਬੜੀ ਹੈ ਨਾ, ਕੋਈ ਮਤਲਬ ਸਾਨੂੰ ਇਹ ਲਾਲਚ ਵੀ ਆ ਰਿਹਾ ਵੇਚਣੇ ਨੇ ਜਾਂ ਮਤਲਬ ਇਹ ਵੀ ਕਿ ਨਹੀਂ ਝੂਠ ਬੋਲਣ ਦੀ ਜ਼ਰੂਰਤ ਨਹੀਂ। ਇਹ ਕੱਲ੍ਹ ਵੀ ਇਹਨੇ ਨਾ ਇਹ ਆਪਣੀ ਇਹਨੇ ਪਰਫਾਰਮੈਂਸ ਦਿੱਤੀ ਹੈ। ਕਬੂਤਰ ਸ਼ੋਅ ਕਰਾਣਾ ਬਸ ਕਰੀਏ ਕਾਫੀ ਹੈ ਮੇਰੇ ਖਿਆਲ ਨਾਲ, ਉਤੋਂ ਗਰਮੀ ਬਹੁਤ ਹੈ। ਠੀਕ ਹੋ ਗਿਆ ਠੀਕ ਹੋ ਗਿਆ। ਮੇਰੇ ਭਰਾ ਉੱਤੇ ਜਾਂਦੇ ਨੇ ਉਤੋਂ ਜਿਹਦੇ ਲਈ ਕੋਈ ਬਾਕੀ ਕੁੱਤੀ ਪੀ ਨਾ ਗਰਮੀ। ਹਾਂ ਬਿਲਕੁਲ ਬਿਲਕੁਲ, ਟੈਂਪਰੇਚਰ ਬਹੁਤ ਬਾੜ ਸਹੀ ਹੋ ਗਿਆ। ਮੌਸਮ ਠੰਡਾ ਹੋ ਜਾਏਗਾ ਨੈਕਸਟ ਟਾਈਮ ਜਦੋਂ ਆਓਗੇ ਇਨਸ਼ਾਅੱਲਾ, ਤੇ ਇਨਸ਼ਾਅੱਲਾ ਸਾਰਾ ਬੈਗ ਤੇ ਛਾਤੀ ਸ਼ੋਕ ਕਰਾਂਗੇ ਜੀ ਇਨਸ਼ਾਅੱਲਾ ਇਨਸ਼ਾਅੱਲਾ ਜੀ। ਠੀਕ ਹੋ ਗਿਆ, ਬਹੁਤ ਸ਼ੁਕਰੀਆ ਦੋਸਤੋ। ਤੇ ਇਹਨਾਂ ਦਾ ਮਤਲਬ ਕੁਛ ਚੰਦ ਕਬੂਤਰ ਨੇ ਜੀ, ਉਹਨਾਂ ਦੀ ਵੀਡੀਓ ਬਣਾਈ ਹੋਈ ਹੈ ਜਿਹੜੀ ਕਿ ਮਤਲਬ ਮੈਂ ਯੂਟਿਊਬ ਦੇ ਉੱਪਰ ਕੁਛ ਦੇਰ ਬਾਅਦ ਅਪਲੋਡ ਕਰਾਂਗਾ, ਅਤੇ ਉਹ ਸਭ ਦੋਸਤ ਇਹਨਾਂ ਦੇ ਕਬੂਤਰਾਂ ਦਾ ਸ਼ੌਕ ਕਰ ਸਕਦੇ ਆ ਜੀ। ਬੜੇ ਅੱਛੇ ਕਬੂਤਰਾਂ ਦੀ ਵੀਡੀਓ ਬਣੀ ਹੋਈ ਜੇ, ਆਪਣਾ ਪੈਂਤੀਆਂ ਵਾਲੇ ਬਟੇਰੇ ਪਾਰਸ ਜਿਹੜੀਆਂ ਵੀ ਇਹਨਾਂ ਕੋਲ ਬਰੀਡਾਂ ਨੇ ਸੁੰਦਰੇ ਕਬੂਤਰ ਹੋ ਗਏ ਸਾਰਿਆਂ ਦੇ ਮਤਲਬ ਵੀਡੀਓ ਬਣੀ ਹੋਈ ਜੇ, ਅਤੇ ਇਨਸ਼ਾਅੱਲਾ ਲਿੰਕ ਵੀ ਸ਼ੇਅਰ ਕਰਾਂਗੇ ਦੋਸਤ ਦੇਖ ਲੈਣਾ ਜੀ। ਬਹੁਤ ਸ਼ੁਕਰੀਆ, ਆਪਣਾ ਖਿਆਲ ਰੱਖਿਓ, ਦੁਆ 'ਚ ਯਾਦ ਰੱਖਿਓ। ਥੋੜ੍ਹੀ ਦੇਰ ਬਾਅਦ ਇਨਸ਼ਾਅੱਲਾ ਮੁਲਾਕਾਤ ਹੋਏਗੀ ਜੀ ਉਸਤਾਦ ਚੌਰੀ ਮੋਇਨ ਨਵਾਜ਼ ਘੁੰਮਣ ਸਾਹਿਬ ਸਭ ਦੋਸਤਾਂ ਦੇ ਨਾਲ। ਅੱਲਾ ਹਾਫਿਜ਼ ਜੀ।